हमदर्द टीवी देख रहे सारे दर्शकों का मैं शुका संधीर निघा स्वागत करती हाँ प्रोग्राम हमदर्द हेल्थ टॉक्स दे विच शो दे विच असी थोड़े नाल सेहत संबंधी गलबात करते हाँ उन्हां विषयां दे उत्ते चानणा पाउण दी कोशिश करते हाँ जिन्हां दे विच रोज़मर्रा दी जिंदगी तो शायद तुसी तंग हो गए होंगे कुछ अजिहे सवालों के जवाब असी माहिरां तो लैण दी कोशिश करते हाँ घर बैठे थानू आसान तरीके नाल उन्हां दे जवाब मिल सकन ते कोई भी थोड़ी सेहत संबंधी प्रॉब्लम है उसकी क्वारी भी इस प्रोग्राम दे विच लाइव फोन कॉल राही सोशल मीडिया के कॉमेंट्स राही जिहड़ा लैण दी कोशिश करते हाँ अज इस प्रोग्राम गोड्या संबंधी हिप रिप्लेसमेंट संबंधी रोबोट टेक्निक संबंधी गलबात करांगे शो की शुरुआत तो पहला साडे नाल डॉक्टर परमप्रीत नागपाल जी जिहड़े ने ओ जुड़ चुके ने पहला स्वागत कर दिया स्वागत है सर ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇ ਸਾਰੇ ਜਿਹੜੇ ਸਰੋਤੇ ਦੇਖ ਰਹੇ ਨੇ ਉਹਨਾਂ ਦਾ ਇਸ ਸ਼ੋਅ ਦੇ ਵਿੱਚ ਸਵਾਗਤ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਸਭ ਨੂੰ ਇਨਕਰੇਜ ਕਰਾਂਗੇ ਕਿ ਪਲੀਜ਼ ਜੋ ਵੀ ਤੁਹਾਡੇ ਮਨ ਦੇ ਡਾਊਟਸ ਨੇ ਚੂਲੇ ਦੇ ਦਰਦ ਦੇ ਰਿਲੇਟਡ ਗੋਡੇ ਦੇ ਦਰਦ ਦੇ ਰਿਲੇਟਡ ਕਿਸੇ ਦੀ ਜੋ ਵੀ ਪ੍ਰੋਬਲਮਸ ਨੇ ਹੈਲਥ ਰਿਲੇਟਡ ਜੁਆਇੰਟਸ ਰਿਲੇਟਡ ਉਹਨਾਂ ਨੂੰ ਅੱਗੇ ਵੱਧ ਕੇ ਕੁਐਸਚਨਸ ਪੁੱਛਣ ਬਿਕੋਜ਼ ਉਹੀ ਹੈ ਜੇ ਉਹਨਾਂ ਦਾ ਡਾਊਟ ਹੈ ਤਾਂ ਹਜ਼ਾਰਾਂ ਹੋਰ ਲੋਕਾਂ ਦੇ ਉਹ ਡਾਊਟਸ ਹੋਣਗੇ ਤੇ ਉਹਨਾਂ ਦੇ ਸਵਾਲ ਨਾਲ ਹੋ ਸਕਦਾ ਕਈ ਲੋਕਾਂ ਨੂੰ ਆਪਣੇ ਘਰ ਬੈਠੇ ਜਵਾਬ ਮਿਲ ਜਾਣ ਜੀ ਇੱਕ ਤਾਂ ਐਤਕੀ ਤੁਸੀਂ ਰਜਨੀਕਾਂਤ ਦਾ ਰੋਬੋਟ ਵੀ ਫੇਲ ਕਰਤਾ ਤੇ ਜਿਹੜਾ ਰੋਬੋਟ ਤੁਹਾਡੇ ਹਸਪਤਾਲ ਦੇ ਵਿੱਚ ਹੈ ਮੈਨੂੰ ਲੱਗਦਾ ਹੁਣ ਲੋਕੀ ਜ਼ਰੂਰ ਉਹਦੇ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ ਤੇ ਜਾਣਨਾ ਵੀ ਚਾਹ ਰਹੇ ਨੇ ਆਖਿਰਕਾਰ ਇਹ ਰੋਬੋਟ 'ਚ ਕੀ ਖਾਸੀਅਤ ਹੈ ਵੀ ਬਾਕੀ ਰਜਨੀਕਾਂਤ ਵਰਗੇ ਸੁਪਰ ਰੋਬੋਟ ਨੂੰ ਵੀ ਹਿਲਾ ਕੇ ਉਹ ਇੱਕ ਫਿਲਮ ਦੇ ਵਿੱਚ ਸੀ ਪਰ ਇਹ ਦੇਖੋ ਤੁਸੀਂ ਅਸਲ ਦੇ ਵਿੱਚ ਲੈ ਆਏ ਹੋ ਤੇ ਉਹ ਫਿਲਮ ਵਾਲੇ ਰੋਬੋਟ ਨੂੰ ਵੀ ਫੇਲ ਕਰਤਾ ਦੇਖੋ ਉਸ ਰੋਬੋਟ ਦੀ ਪ੍ਰੋਬਲਮ ਇਹ ਸੀ ਕਿ ਉਹ ਥੋੜਾ ਜਿਹਾ ਕਿਹਾ ਨਾ ਐਂਡ ਤੇ ਆਟੋਨੋਮਸ ਹੋ ਗਿਆ ਸੀ AI ਨੂੰ ਜ਼ਿਆਦਾ ਵਰਤ ਰਿਹਾ ਸੀ ਤੇ ਜਿਹੜਾ ਹੁਣ ਸਾਡਾ ਅਸੀਂ ਰੋਬੋਟ ਵਰਤ ਰਹੇ ਹਾਂ ਉਹ ਰੋਬੋਟਿਕ ਟੈਕਨੀਕ ਦਾ ਫਾਇਦਾ ਤਾਂ ਜ਼ਰੂਰ ਦੇ ਰਿਹਾ ਬਟ ਆਪਣਾ ਦਿਮਾਗ ਨਹੀਂ ਲਗਾ ਰਿਹਾ ਤਾਂ ਆਲਵੇਜ਼ ਕਹਿ ਲਓ ਨਾ ਸਰਜਨ ਇਜ਼ ਇਨ ਫੁੱਲ ਕੰਟਰੋਲ ਤਾਂ ਇਸ ਕਰਕੇ ਉਹਦਾ ਆਊਟ ਆਫ ਕੰਟਰੋਲ ਜਾਣ ਦਾ ਕੋਈ ਡਰ ਨਹੀਂ ਹੈਗਾ ਤਾਂ ਜਿੱਥੇ ਵੀ ਕਹਿ ਲਓ ਨਾ ਰੋਬੋਟਿਕਸ ਦੇ ਵਿੱਚ AI ਜ਼ਿਆਦਾ ਅੰਦਰ ਆ ਜਾਂਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਥੇ ਕਈ ਵਾਰ ਪ੍ਰੋਬਲਮ ਆ ਸਕਦੀ ਹੈ ਬਟ ਜਦੋਂ ਤੱਕ ਇੱਕ ਡਾਕਟਰ ਦਾ ਬ੍ਰੇਨ ਜੋ ਕਿ ਇੱਕ ਐਕਸਪੀਰੀਅੰਸਡ ਬ੍ਰੇਨ ਹੈਗਾ ਤੇ ਕਾਫੀ ਸਾਲਾਂ ਤੋਂ ਐਕਸਪੀਰੀਅੰਸ ਲੈ ਕੇ ਜੁਆਇੰਟਸ ਦੇ ਵਿੱਚ ਕੰਮ ਕਰਕੇ ਇਸ ਕੰਮ ਨੂੰ ਪਕੜ ਰਿਹਾ ਤੇ ਜਦੋਂ ਤੱਕ ਉਹਦਾ ਦਿਮਾਗ ਇਨ ਕੰਟਰੋਲ ਰਹੇਗਾ ਉਦੋਂ ਤੱਕ ਇਹ ਵਾਲਾ ਰੋਬੋਟ ਕਹਿ ਲਓ ਬੈਸਟ ਰੋਬੋਟ ਰਹੇਗਾ ਅਦਰਵਾਈਜ਼ ਜੇ ਆਟੋਨੋਮਸ ਹੋ ਗਿਆ ਕਿਸੇ ਵੀ ਟਾਈਮ ਤਾਂ ਯੂ ਆਲ ਰੋਬੋਟ ਆਪਾਂ ਨੇ ਮਨ ਦੇ ਵਿੱਚ ਰੋਬੋਟਿਕਸ ਨੂੰ ਲੈ ਕੇ ਕਈ ਵਾਰ ਡਰ ਵੀ ਪੈਦਾ ਹੋ ਜਾਂਦਾ ਕਿ ਜੇ ਰੋਬੋਟ ਹੈ ਜੇ ਕਿਸੇ ਟਾਈਮ ਮਸ਼ੀਨ ਖਰਾਬ ਹੋ ਗਈ ਜਾਂ ਭੁਸਰ ਗਈ ਆਪਣੇ ਆਪ ਕੁਛ ਇਹਨੇ ਵੱਧ ਘੱਟ ਕਰਤਾ ਉਹ ਚੀਜ਼ਾਂ ਇਹਦੇ ਵਿੱਚ ਨਹੀਂ ਹੈਗੀਆਂ ਨੇ ਇਟ ਇਜ਼ ਅ ਵੈਰੀ ਸੇਫ ਥਿੰਗ ਇਸ ਕਰਕੇ ਇਸ ਨੂੰ ਆਪਾਂ ਉਸ ਰੋਬੋਟ ਤੋਂ ਉੱਪਰ ਕਹਿੰਦੇ ਬਿਕੋਜ਼ ਜਿਵੇਂ ਆਪਾਂ ਮੂਵੀ ਦੇਖਿਆ ਸੀਗਾ ਉਹ ਵਾਲਾ ਰੋਬੋਟ ਆਟੋਨੋਮਸ ਹੋ ਕੇ ਆਪਣਾ ਨੁਕਸਾਨ ਕਰਨ ਲੱਗ ਗਿਆ ਸੀ ਬਟ ਇਹ ਵਾਲਾ ਰੋਬੋਟ ਨੁਕਸਾਨ ਨਹੀਂ ਕਰਦਾ ਇਹਨੂੰ ਜੋ ਕਿਹਾ ਜਾਂਦਾ ਹੈਗਾ ਇਹ ਉਸੇ ਚੀਜ਼ ਨੂੰ ਪਰਫੈਕਸ਼ਨ ਦੇ ਨਾਲ ਕਰਦਾ ਹੈ ਜੀ ਇਹ ਕੈਂਪ ਦੀ ਗੱਲ ਕਰ ਲੈਂਦੀ ਹਾਂ ਮੈਨੂੰ ਲੱਗਦਾ ਹੈ ਤਾਬੜ ਤੋੜ ਕੈਂਪ ਜਿਹੜਾ ਤੁਸੀਂ ਲਾ ਰਹੇ ਹੋ ਡੇਢ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਹੈ ਭਾਰਤ ਦੇ ਨਹੀਂ ਪੂਰੇ ਵਿਦੇਸ਼ੋਂ ਤੁਹਾਡੇ ਕੋਲ ਲੋਕ ਜਿਹੜੇ ਨੇ ਆਣਗੇ 15 ਫਰਵਰੀ ਤੋਂ ਜਿਹੜਾ 31 ਮਾਰਚ ਤੱਕ ਦਾ ਇਹ ਕੈਂਪ ਹੈ ਪਹਿਲਾਂ ਤਾਂ ਮੈਂ ਚਾਹੂੰਗੀ ਜ਼ਰੂਰ ਇਹ ਦਰਸ਼ਕਾਂ ਨੂੰ ਦੱਸੋ ਕਿ ਇਹ ਕੈਂਪ ਦਾ ਲਾਹਾ ਕਿੱਦਾਂ ਲੈਣਾ ਹੈ ਬਿਲਕੁਲ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਜਿਵੇਂ ਆਪਾਂ 15 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਹਰ ਸਾਲ ਆਪਣੇ ਹਸਪੀਟਲ ਦੇ ਵਿੱਚ ਹੀ ਬਠਿੰਡਾ ਮਾਲ ਰੋਡ ਤੇ ਨਾਗਪੁਰ ਹਸਪੀਟਲ ਦੇ ਵਿੱਚ ਹੀ ਇਹ ਵਾਲਾ ਕੈਂਪ ਆਪਾਂ ਚਲਾਉਂਦੇ ਹੈਗੇ ਹਾਂ ਤੇ ਇਸ ਕੈਂਪ ਦਾ ਇਹੀ ਮੰਤਵ ਹੈ ਕਿ ਮੈਕਸੀਮਮ ਟੂ ਮੈਕਸੀਮਮ ਲੋਕ ਆਪਣੇ ਗੋਡੇ ਦੇ ਚੂਲੇ ਦੇ ਦਰਦਾਂ ਤੋਂ ਆਪਣਾ ਨਿਜਾਤ ਪਾ ਸਕਣ ਤੇ ਇਸ ਕੈਂਪ ਦੇ ਵਿੱਚ ਬੜਾ ਸਿੰਪਲ ਹੈ ਤੁਸੀਂ ਆਪਣਾ ਆਉਣ ਤੋਂ ਪਹਿਲੇ ਜਿਵੇਂ ਅਪੁਆਇੰਟਮੈਂਟ ਲੈਣੀ ਹੈਗੀ ਹੈ ਫੋਨ ਤੇ ਵੀ ਅਪੁਆਇੰਟਮੈਂਟ ਲੈ ਸਕਦੇ ਹੋ ਜਾਂ ਆ ਕੇ ਮਿਲ ਕੇ ਆਪਣੇ ਸਾਰੇ ਟੈਸਟ ਵਗੈਰਾ ਕਰਵਾ ਕੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਅਪੁਆਇੰਟਮੈਂਟ ਸਰਜਰੀ ਲੈ ਸਕਦੇ ਹੋ ਤਾਂ ਇਹ ਨਹੀਂ ਹੈਗਾ ਕਿ ਇਸ ਦੌਰਾਨ ਸਿਰਫ ਚੈੱਕਅਪ ਹੋਣਗੇ ਆਪਰੇਸ਼ਨ ਬਾਅਦ 'ਚ ਹੋਣਗੇ ਇਸ ਦੌਰਾਨ ਬਿਕੋਜ਼ ਇੱਕ ਲੰਬਾ ਪੀਰੀਅਡ ਅਸੀਂ ਰੱਖਿਆ ਤਾਂ ਦੌਰਾਨ ਇਹਦੇ ਚੈੱਕਅਪ ਵੀ ਹੋਸਪਿਟਲ ਦੇ ਵਿੱਚ ਹੋਣਗੇ ਆਪਰੇਸ਼ਨਸ ਵੀ ਲਗਾਤਾਰ ਚੱਲਣਗੇ ਤੇ ਸਪੈਸ਼ਲ ਡਿਸਕਾਊਂਟਸ ਹਰ ਚੀਜ਼ ਤੇ ਮਿਲ ਰਹੇ ਨੇ ਜੇ ਆਪਾਂ ਕਹੀਏ ਇੰਡੀਅਨ ਨੀਜ਼ ਜਿਹੜੇ USFDA ਅਪਰੂਵਡ ਨੇ ਬਾਹਰਲੀ ਕੁਆਲਿਟੀ ਦੇ ਜਾਂ ਇੰਪੋਰਟਡ ਨੀਜ਼ ਜਾਂ ਗੋਲਡ ਨੀਜ਼ ਜਿਹੜੇ ਸਾਰੇ ਤਰ੍ਹਾਂ ਦੇ ਨੀ ਵੈਰਾਈਟੀਜ਼ ਆ ਗਈਆਂ ਤੇ ਉਸ ਤੋਂ ਬਾਅਦ ਸਾਰੀਆਂ ਤਰ੍ਹਾਂ ਦੀ ਟੈਕਨੀਕਸ ਜਿਵੇਂ ਮੈਨੂਅਲ ਟੈਕਨੀਕ ਕੰਪਿਊਟਰ ਨੈਵੀਗੇਸ਼ਨ ਟੈਕਨੀਕ ਰੋਬੋਟਿਕ ਟੈਕਨੀਕ ਹਰ ਚੀਜ਼ ਤੇ ਆਫਰਸ ਹੈਗੀਆਂ ਨੇ ਤਾਂ ਕਿ ਮੈਕਸੀਮਮ ਟੂ ਮੈਕਸੀਮਮ ਲੋਕ ਇਸ ਚੀਜ਼ ਦਾ ਮਤਲਬ ਇਸ ਆਪਰੇਸ਼ਨ ਜਿਹਨੂੰ ਕਿ ਇੱਕ ਸ਼ੁਰੂ ਤੋਂ ਮਹਿੰਗਾ ਆਪਰੇਸ਼ਨ ਕਿਹਾ ਜਾਂਦਾ ਉਸ ਨੂੰ ਆਪਣਾ ਇੱਕ ਅਫੋਰਡੇਬਲ ਲਿਮਿਟ ਦੇ ਵਿੱਚ ਲਿਆ ਕੇ ਕੁਛ ਨਾ ਕੁਛ ਸੇਵਿੰਗ ਕਰਕੇ ਆਪਣਾ ਆਪਰੇਸ਼ਨ ਵੀ ਕਰਾ ਸਕਣ ਐਂਡ ਹੋਸਪਿਟਲ ਦੇ ਅੰਦਰ ਹੋਣ ਕਰਕੇ ਇਟ ਵਿਲ ਬੀ ਆਲ ਦ ਸੇਮ ਕੁਆਲਿਟੀ ਕੋਈ ਮੈਡੀਸਿਨ ਦਾ ਫਰਕ ਨਹੀਂ ਕੋਈ ਕਹਿ ਲਓ ਨਾ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਾ ਕਰਕੇ ਸੇਮ ਫੈਸਿਲਿਟੀ ਤੁਹਾਡੇ ਆਪਣੇ ਫੇਵਰੇਟ ਹੋਸਪਿਟਲ ਦੇ ਵਿੱਚ ਤੇ ਉਹੀ ਸਾਰਾ ਸਾਰੀ ਸੇਮ ਟੀਮ ਦੇ ਨਾਲ ਤਾਂ ਕਿ ਰਿਜ਼ਲਟਸ ਜਿਹੜੇ ਅਸੀਂ ਪਹਿਲੇ ਵੀ ਡਿਲੀਵਰ ਕਰਦੇ ਆਏ ਹਾਂ ਉਹੀ ਸੇਮ ਰਿਜ਼ਲਟਸ ਅਸੀਂ ਜਸਟ ਤੁਹਾਡਾ
ਪਾਕਟ ਫਰੈਂਡਲੀ ਹੋ ਕੇ ਤੁਹਾਨੂੰ ਅਸੀਂ ਦੇ ਸਕੀਏ। अच्छा डॉक्टर साहब, मैं थोड़े तो ये जानना चाहूँगी कि जिहड़ा इंश्योरेंस क्लेम हुंदा है जिहड़े बैंक्स दे वल्लों दित्ता जांदा है या कंपनियां दे वल्लों जिहड़े काम कर रहे मुलाजमान नूं दित्ता जांदा है, कि वह इंश्योरेंस जिहड़ा इत्थे लागू होएगा, मतलब जिहड़े पेशेंट्स ने की क्लेम कर पाएंगे? जी बिल्कुल, देखो दो तीन तरह के चीज़ें हैगियां ने। एक तो हैगा जिहड़ा सरकार वालों इंश्योरेंस कार्ड बनया होया है, आयुष्मान कार्ड। जी अनफॉर्चुनेटली इस टाइम ते जिहड़े पंजाब दे आयुष्मान कार्ड होल्डर्स ने उन्हां दा तां पंजाब दे प्राइवेट हॉस्पिटल्स दे विच नी रिप्लेसमेंट नहीं हो पा रहा। हिप रिप्लेसमेंट जरूर असी कर पा रहे हैं, बट नी रिप्लेसमेंट इस टाइम ते सिर्फ गवर्नमेंट हॉस्पिटल हो पा रहा है, तो अनफॉर्चुनेटली उन्हां नूं असी हजे नहीं सेवा कर पा रहे हैं। बट हरियाणा दे या होर स्टेट्स दे मरीज असी पंजाब दे विच अपने हॉस्पिटल दे विच आयुष्मान कार्ड ते फ्री कर पा रहे हैगे। दूसरे आ जांदे ने जिहड़े लोगों ने प्राइवेट इंश्योरेंसेस कराईयां ने, जिवें मल्टीपल इंश्योरेंसेस ने, कोई गवर्नमेंट इंश्योरेंस है जिवें SBI दी हैगी है, या नैशनल इंश्योरेंस है, ओरिएंटल इंश्योरेंस है, एंड दैन इंश्योरेंस आ जाती है जिवें प्राइवेट कंपनी है, स्टार हेल्थ की सब तो कॉमनली हो जाती हैगी है, HDFC, अरगो, टाटा AIG, ये सारिया का एक कुछ ना कुछ बेसिक लॉक इन पीरियड होंगे जिद के जिमें 2 साल तो लैके 4 साल तक जो लगातार इंश्योरेंस करा चुके हो तो उस तो बाद नी रिप्लेसमेंट करा सकते हैं। थर्ड चीज़ आ जाती है कारपोरेट इंश्योरेंस। कई बच्चे जिमें किसी अच्छी कारपोरेट जॉब काम कर रहे हैं, किसी बैंक के काम कर रहे हैं, तो जो कारपोरेट वालों बैंक वालों या जिड़े भी जितने जॉब कर रहे हैं उन्होंने वालों इंश्योरेंस मिलती हैगी है, तो वो नाल दी नाल कह लो ना उस दे विच अपनी सर्जरी करा सकते हैं। उहदे विच 1-2-3 साल का कोई वेटिंग पीरियड नहीं होंगे। तो ये 3-4 तरह के अपने हो गए। तो चौथे लोग हो जाते हैं जिवें कि कोई गवर्नमेंट इंपलॉइज है जो पंजाब सरकार के इंपलॉइज ने, उन्हां दे विच कैशलैस ना हो के रीइंबर्समेंट हो सकती है, तो उन्होंने पेशेंट्स भी असं ओपरेट करते हैं, उन्होंने बिल्स दे दें है, 4 से 6 महीनों के उन्होंने रीइंबर्समेंट मिल जाती है। तो जिहड़े तो इंश्योर्ड पेशेंट्स ने तो अपना लॉक इन पीरियड कट चुके हैं, उन्होंने तो कैशलैस ट्रीटमेंट हो जाता है। तो नागपाल हॉस्पिटल सारिया इंश्योरेंस कंपनीज जिहड़ियां मेजर कंपनीज है सारिया दे नाल इनपैनल्ड हैगा, उन्होंने काफ़ी कंपनीज ने जिहड़ियां रोबोटिक सर्जरी भी अप्रूव कर दियां ने, तो साड़ी TPA डेस्क काफ़ी ये एक्सपर्ट है कि पेशेंट का मैक्सिमम फायदा कराया जा सकता है। तो जो कोई भी इंश्योर्ड पेशेंट्स है तो वो आ सकते हैं, तो कैंप के उन्होंने कुछ ना कुछ ये भी एडजस्टमेंट नाल मिलेगी कि जिमें जे कोई उधरों की अपरूवल घट आ रही है या किसी की लिमिट घट है, डेफिनेटली उन्होंने असी कैंप के फायदा दे पावे। तो कैंप के होर फैसिलिटी भी है कि जे कोई पेशेंट हजे जिमें इस टाइम पर मिल रहा है बट हजे कोई घर के अड़िका हैगा कि हजे ऑपरेशन नहीं करवा सकता, तो वो एक रजिस्ट्रेशन फैसिलिटी भी है जिमें एक गोडे पिछे आप 10,000 की फीस जमा करके अपना 6 महीने के जो मर्जी इस प्राइस से अपने ऑपरेशन करवा सकते हैं। मतलब इंस्टॉलमेंट दे विच भी तुसी कहना चाहते हो कि जिवें एक तरह की रजिस्ट्रेशन होगी, जिवें रजिस्ट्रेशन हुण कर ली आपां इस पीरियड दौरान कैंप दे, एंड 6 महीने तक आपां जिहड़ी डिस्काउंटेड प्राइस है उसनूं अवेल कर सकांगे। अच्छा, ਤਾਂ ਮਤਲਬ ਕਈ ਵਾਰ ਉਹ ਹੁੰਦਾ ਨਾ ਘਰ ਦੇ ਵਿੱਚ ਆਪਣੀ ਹਜੇ ਕੋਈ ਪ੍ਰੋਬਲਮ ਚੱਲ ਰਹੀ ਹੈ, ਕੋਈ ਫੰਕਸ਼ਨ ਹੈ, ਕੋਈ ਵੀ ਮਤਲਬ ਮਜਬੂਰੀ ਹੈ ਕਿ ਹਜੇ ਆਪਾਂ ਕਰਵਾਉਣਾ ਚਾਹੁੰਦੇ ਹਾਂ, ਮਤਲਬ ਤੁਸੀਂ ਬੁੱਕ ਕਰ ਲਓ ਇੱਕ ਤਰੀਕੇ ਨਾਲ, ਇੱਕ ਟੋਕਨ ਮਨੀ ਦੇ ਕੇ 6 ਮਹੀਨੇ ਦੇ ਸਮੇਂ ਤੁਹਾਡਾ ਇੱਕ ਜਿਹੜਾ ਪੈਕੇਜ ਆਪਣਾ ਡਿਸਕਾਊਂਟਡ ਹੈ। ਜਿਵੇਂ ਆਪਾਂ ਮੰਨ ਕੇ ਚੱਲੋ ਨੋਰਮਲੀ ਅਸੀਂ ਜਿਹੜੇ ਇੰਪੋਰਟਡ ਨੀਸ ਨੇ ਦੋਨਾਂ ਦਾ ਅਸੀਂ ਲਗਭਗ 3 ਲੱਖ ਦੇ ਵਿੱਚ ਸਰਜਰੀ ਕਰਦੇ ਹੈਗੇ ਹਾਂ ਜਿਹੜਾ ਕੰਪਲੀਟ ਪੈਕੇਜ ਹੈ, ਤੇ ਕੈਂਪ ਦੇ ਵਿੱਚ ਉਹੀ ਚੀਜ਼ ਅਸੀਂ 2.5 ਲੱਖ ਦੇ ਵਿੱਚ ਕਰ ਰਹੇ ਹਾਂ, ਤਾਂ ਇਟ ਇਜ਼ ਅ ਬਿਗ ਅਮਾਊਂਟ, ਜਿਵੇਂ 50,000 ਦੀ ਸੇਵਿੰਗ ਹੋ ਰਹੀ ਹੈ। ਤਾਂ ਡੈਫੀਨੇਟਲੀ ਆਪਣਾ ਲੋਕ 10-15-20 ਹਜ਼ਾਰ ਰੁਪਏ ਆਪਣਾ ਦੇ ਕੇ ਬੁਕਿੰਗ ਕਰਵਾ ਕੇ ਅਤੇ 6 ਮੰਥਸ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਕੰਫਰਟੇਬਲ ਫੀਲ ਹੁੰਦਾ ਤਾਂ ਉਦੋਂ ਕਰਵਾ ਸਕਦੇ ਨੇ, ਕਿਉਂਕਿ ਕਈ ਵਾਰ ਲੋਕਾਂ ਦੇ ਮਨ 'ਚ ਵੀ ਆਉਂਦਾ ਕੈਂਪ 'ਚ ਰਸ਼ ਹੋਏਗਾ, ਅਸੀਂ ਆਰਾਮ ਨਾਲ ਕਿਸੇ ਟਾਈਮ ਜਾ ਕੇ ਕਰਾਵਾਂਗੇ, ਤਾਂ ਉਹ ਵੀ ਉਹਨਾਂ ਦੇ ਮਨ 'ਚ ਜੇ ਹੈਗਾ ਤਾਂ ਡੈਫੀਨੇਟਲੀ ਉਹ ਵੀ ਚੀਜ਼ ਆਪਾਂ ਕਰ ਸਕਦੇ ਹਾਂ। ਅੱਛਾ, ਇੱਕ ਨਾ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਆਪਰੇਸ਼ਨ ਕਰਾਉਣ ਨੂੰ ਲੈ ਕੇ ਜ਼ਰੂਰ ਡਰ ਰਹਿੰਦਾ ਵੀ ਜੇ ਚੂੜਾ ਟੁੱਟ ਗਿਆ ਫਿਰ ਉਹਦਾ ਜੋੜ ਨੂੰ ਲੈ ਕੇ ਵੀ ਕੀ ਸਹੀ ਹੈ ਆਪਰੇਸ਼ਨ, ਮਤਲਬ ਘੱਟ ਉਮਰ ਦੇ ਬੱਚੇ ਜੇ ਮਤਲਬ ਬੱਚੇ ਤਾਂ ਆਪਾਂ ਨਹੀਂ ਕਵਾਂਗੇ, ਬਟ ਜੇ ਘੱਟ ਉਮਰ ਦੇ ਅਡਲਟਸ ਨੇ ਜਿਵੇਂ ਆਪਾਂ ਮੰਨ ਕੇ ਚੱਲੋ ਜਿਵੇਂ ਚੂਲੇ ਦੀ ਦਿੱਕਤਾਂ ਨੇ ਨਾ ਅੱਜ ਕੱਲ੍ਹ, ਅਸੀਂ ਕਾਫ਼ੀ ਘੱਟ ਉਮਰਾਂ ਦੇ ਵਿੱਚ ਵੀ ਦੇਖ ਰਹੇ ਹਾਂ, ਅਰਾਊਂਡ 30-35 ਦੇ ਵਿੱਚ ਵੀ ਚੂਲੇ ਦੀ ਦਿੱਕਤਾਂ ਆ ਰਹੀਆਂ ਨੇ। ਇਹਦਾ ਮੇਜਰ ਕਾਰਨ ਆਪਾਂ ਕਹਿ ਸਕਦੇ ਹਾਂ ਐਲਕੋਹਲ ਕੰਜ਼ਮਪਸ਼ਨ ਵੀ ਹੈਗੀ ਹੈ, ਕਈ ਡਰੱਗਸ ਵੀ ਇਹਦੇ ਕਾਰਨ ਕੌਜ਼ ਕਰ ਰਹੇ ਨੇ, ਪਰ ਇੱਕ ਮੇਜਰ ਫੈਕਟਰ ਹੈ ਜਦੋਂ ਦਾ ਕੋਵਿਡ ਆਇਆ ਨਾ ਉਹਦੇ ਨਾਲ ਕਹਿ ਲਓ ਨਾ ਕਲੋਟਿੰਗ ਇਸ਼ੂਜ਼ ਹੋਏ ਸੀਗੇ, ਬਲੱਡ ਕਲੋਟਸ ਬਣਦੇ ਸੀਗੇ, ਤਾਂ ਹਾਈਪਰਕੋਗਲੇਬਲ ਸਟੇਟ ਸੀਗੀ। ਤਾਂ ਕੋਵਿਡ ਤੋਂ ਬਾਅਦ ਯੰਗ ਪੇਸ਼ੈਂਟਸ ਦੇ ਵਿੱਚ ਜਿਹੜੀ ਕੋਗਲੇਸ਼ਨ ਹੋਣ ਕਰਕੇ ਜਿਹੜਾ ਇਹ ਵੈਸਕੁਲਰ ਨੈਕਰੋਸਿਸ ਚੂਲੇ ਦਾ ਹੋਣਾ ਸ਼ੁਰੂ ਹੋ ਗਿਆ,
ਜਿਹਦੇ ਵਿੱਚ ਕਿ ਚੂਲੇ ਦੀ ਬਾਲ ਗਲ ਜਾਂਦੀ ਹੈਗੀ ਹੈ, ਉਹਦਾ ਬਲੱਡ ਸਪਲਾਈ ਖਤਮ ਹੋ ਜਾਂਦਾ ਹੈ ਤਾਂ ਉਹਦੀ ਕਾਰਟਿਲੇਜ ਜਲਦੀ ਖਰਾਬ ਹੋ ਜਾਂਦੀ ਹੈ। ਤਾਂ 30-35 ਇਅਰਸ ਦੀ ਏਜ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਇੱਕ ਦੋਨੋਂ ਚੂਲੇ ਖਰਾਬ ਕਰਕੇ ਵੀ ਕਈ ਸਾਡੇ ਕੋਲ ਯੰਗ ਅਡਲਟਸ ਆ ਰਹੇ ਨੇ। ਤਾਂ ਦੇਖੋ ਇਸ ਦੇ ਵਿੱਚ ਜੇ ਤਾਂ ਇਹਨੂੰ ਅਸੀਂ ਅਰਲੀ ਸਟੇਜ ਤੇ ਪਕੜ ਲੈਂਦੇ ਹਾਂ ਜਿਵੇਂ ਸਟੇਜ 1 ਜਾਂ ਸਟੇਜ 2, ਤਾਂ ਇੱਕ ਮਾਈਨਰ ਸਰਜਰੀ ਜਿਹਨੂੰ ਅਸੀਂ ਕੋਰ ਡੀਕੰਪਰੈਸ਼ਨ ਕਹਿੰਦੇ ਹਾਂ ਉਸ ਨੂੰ ਕਰਕੇ ਆਪਾਂ ਇਹਦਾ ਹੱਲ ਕਰ ਪਾਉਂਦੇ ਹਾਂ। ਬਟ ਜੇ ਸਟੇਜ ਲੇਟ ਹੋ ਚੁੱਕੀ ਹੈ, ਸਟੇਜ 3 ਜਾਂ ਸਟੇਜ 4, ਜਦੋਂ ਕਿ ਕਾਰਟਿਲੇਜ ਖਰਾਬ ਹੋ ਗਈ, ਹੱਡੀ ਜਿਹੜੀ ਬਾਲ ਹੈਗੀ ਗੋਲ ਨਾ ਹੋ ਕੇ ਓਵਲ ਹੋ ਗਈ ਜਾਂ ਜਵਾਮ ਹੋ ਗਿਆ ਜੋੜ, ਉਸ ਟਾਈਮ ਤੇ ਆਪਾਂ ਨੂੰ ਹਿਪ ਰਿਪਲੇਸਮੈਂਟ ਹੀ ਇਹਦਾ ਇੱਕ ਆਪਸ਼ਨ ਬਚਦਾ ਹੈਗਾ। ਤੇ ਚੰਗੀ ਗੱਲ ਕੀ ਹੈ ਕਿ ਹਿਪ ਰਿਪਲੇਸਮੈਂਟ ਦੇ ਵਿੱਚ ਹੁਣ ਆਪਸ਼ਨਸ ਹੈਗੀਆਂ ਨੇ ਜਿਹਦੇ ਵਿੱਚ ਕਿ ਲੰਬੇ ਚੱਲਣ ਵਾਲੇ ਚੂਲੇ ਜਿਵੇਂ ਕਿ ਓਕਸੀਨੀਅਮ ਜਾਂ ਸੈਰਮਿਕ ਦੇ ਚੂਲੇ ਆ ਜਾਂਦੇ ਨੇ ਜਿਨ੍ਹਾਂ ਦੀ ਲਾਈਫ 30-35 ਹੈਗੀ ਹੈ। ਤਾਂ ਜੇ ਕਹਿ ਲਓ ਜਿੰਨਾ ਕੁ ਟਾਈਮ ਤਾਂ ਪੇਸ਼ੈਂਟ ਕੰਫਰਟੇਬਲੀ ਗੁਜ਼ਾਰ ਸਕੇ ਉਦੋਂ ਤੱਕ ਤਾਂ ਵੀ ਵਾਂਟ ਕੇ ਵੇਟ ਕੀਤਾ ਜਾਵੇ, ਬਟ ਜਦੋਂ ਕਹਿ ਲਓ ਨਾ ਡੇਲੀ ਐਕਟੀਵਿਟੀਜ਼ ਨਹੀਂ ਕਰ ਪਾ ਰਹੇ, ਚੌਂਕੜੀ ਨਹੀਂ ਮਾਰ ਪਾ ਰਹੇ, ਮੂਵਮੈਂਟ ਨਹੀਂ ਆ ਪਾ ਰਹੀ ਚੂਲੇ ਦੀ, ਤਾਂ ਜ਼ਿਆਦਾ ਦੇਰ ਵੇਟ ਕਰਨ ਨਾਲ ਕੀ ਹੁੰਦਾ ਕਿ ਰੀੜ ਦੀ ਹੱਡੀ ਦੇ ਜੋੜ ਵੀ ਆਪਣੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਇੱਕ ਆਪਟੀਮਮ ਟਾਈਮ ਦੇਖ ਕੇ ਪੇਸ਼ੈਂਟ ਦੀ ਡਿਸਕੰਫਰਟ ਜਾਂ ਉਹਦੇ ਡਿਬਿਲਿਟੀ ਦੇਖ ਕੇ ਆਪਾਂ ਡਿਸਾਈਡ ਕਰਦੇ ਹਾਂ ਕਿ ਸਰਜਰੀ ਕਰਨੀ ਹੈ। ਐਂਡ ਉਸ ਟਾਈਮ ਤੇ ਬੈਸਟ ਇੰਪਲਾਂਟ ਜਿਵੇਂ ਕਿ ਅਨਸੀਮੈਂਟਡ ਜੁਆਇੰਟ ਹੋ ਗਿਆ, ਸੈਰਮਿਕ ਵਾਲੀ ਬਾਲ ਹੋ ਗਈ, ਉਹਦੇ ਨਾਲ ਆਪਾਂ ਕਰਦੇ ਹਾਂ ਤਾਂ ਇਹਨਾਂ ਦਾ ਇੱਕ ਲੰਬਾ ਚੱਲਣ ਵਾਲਾ ਜਿਹੜਾ 30-35 ਚੱਲਣ ਵਾਲਾ ਆਪਾਂ ਕੰਮ ਕਰ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਬਾਰ ਬਾਰ ਸਰਜਰੀ ਦੇ ਗੇੜੇ 'ਚ ਨਾ ਪੈਣਾ ਪਵੇ। ਅੱਛਾ, ਹਿਪ ਰਿਪਲੇਸਮੈਂਟ ਦੀ ਜ਼ਰੂਰ ਮੈਂ ਗੱਲ ਕਰਨਾ ਚਾਹੂੰਗੀ ਕਿ ਇਹਦੇ 'ਚ ਮਤਲਬ ਜ਼ਿਆਦਾ ਮੁਸ਼ਕਿਲ ਅੱਜ ਕੱਲ੍ਹ ਹੋ ਗਈ ਹੈ ਜਾਂ ਫਿਰ ਇਹ ਮਤਲਬ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਜੋਬ ਜਿਹੜੀ ਹੈ ਟੀਡੀਐਸ ਨਹੀਂ ਹੈਗੀ ਹੈ? ਦੇਖੋ ਹਿਪ ਰਿਪਲੇਸਮੈਂਟ ਦੀ ਟੈਕਨੀਕ ਵੀ ਜੀ ਓਵਰ ਟਾਈਮ ਬੜੀ ਸੋਹਣੀ ਇਵੋਲਵ ਕੀਤੀ ਹੈਗੀ ਹੈ, ਇੰਪਲਾਂਟਸ ਬਹੁਤ ਇੰਪਰੂਵ ਕੀਤੇ ਨੇ। ਪਹਿਲੇ ਮੰਨ ਕੇ ਚੱਲੀਏ ਤਾਂ ਆਪਾਂ ਬਹੁਤ ਵੈਰਾਇਟੀ ਘੱਟ ਸੀਗੀ, ਛੋਟੀ ਬਾਲਸ 22 ਸਾਈਜ਼ ਦੀ ਬਾਲ ਪੈਂਦੀ ਸੀ, ਡਿਸਲੋਕੇਸ਼ਨ ਮੀਨਸ ਚੂਲਾ ਨਿਕਲ ਜਾਣ ਦਾ ਓਪਰੇਸ਼ਨ ਤੋਂ ਬਾਅਦ ਰਿਸਕ ਵੱਧ ਰਹਿੰਦਾ ਸੀਗਾ। ਬਟ ਅੱਜ ਕੱਲ੍ਹ ਜਿਵੇਂ ਬਾਲਸ ਨੇ ਉਹ 32 ਸਾਈਜ਼, 36 ਸਾਈਜ਼, 40 ਸਾਈਜ਼ ਤੱਕ ਦੀਆਂ ਵੀ ਜਿਹੜੇ ਫੀਮਰ ਹੈਡਸ ਨੇ ਉਹ ਆਪਾਂ ਨੂੰ ਮਿਲ ਜਾਂਦੇ ਨੇ। ਤਾਂ ਜਿਹੜੀ ਕੁਆਲਿਟੀ ਆਫ ਜਿਹੜੀ ਕੱਪਸ ਹੈਗੀ ਹੈ ਜਾਂ ਸਟੈਮਸ ਨੇ ਜਿਹੜੀ ਬੋਨ ਦੇ ਵਿੱਚ ਅੱਛੀ ਪਕੜ ਬਣਾ ਲੈਂਦੇ ਨੇ, ਅਨਸੀਮੈਂਟਡ ਪੋਰਸ ਕੋਟਿਡ ਕੱਪਸ ਆਪਾਂ ਕਹਿੰਦੇ ਹਾਂ, ਉਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਦੇ ਨਾਲ ਬੜੀਆਂ ਅੱਛੀਆਂ ਹੋ ਗਈਆਂ ਨੇ। ਐਂਡ ਰਿਜ਼ਲਟਸ ਵੀ ਇਸ ਤਰੀਕੇ ਅੱਛੇ ਹੋਏ ਨੇ ਕਿ ਓਪਰੇਸ਼ਨ ਤੋਂ ਬਾਅਦ ਅਗਲੇ ਦਿਨ ਪੇਸ਼ੈਂਟ ਆਪਣਾ ਚੱਲਣਾ ਫਿਰਨਾ ਸ਼ੁਰੂ ਕਰ ਪਾਉਂਦੇ ਨੇ, ਤੁਰ ਫਿਰ ਪਾਉਂਦੇ ਨੇ, ਸਾਰੀਆਂ ਐਕਟੀਵਿਟੀਜ਼, ਕੋਈ ਟਰੈਕਟਰ ਚਲਾਉਣਾ, ਕੋਈ ਖੇਤੀਬਾੜੀ ਦੇ ਕੰਮ, ਤਾਂ ਇੱਕ ਪੈਰਾਂ ਭਾਰ ਬੈਠਣ ਨੂੰ ਛੱਡ ਕੇ ਸਾਰੇ ਕੰਮ ਪੇਸ਼ੈਂਟ ਆਪਣੇ ਕਰ ਪਾ ਰਹੇ ਨੇ। ਤਾਂ ਟੈਕਨੀਕ ਹੈਜ਼ ਇਵੋਲਵਡ, ਮਸਲ ਕਟਿੰਗ ਘੱਟ ਗਈ ਹੈਗੀ ਹੈ, ਚੀਰ ਫਾੜ ਘੱਟ ਗਈ, ਬਲੱਡ ਲੋਸ ਘੱਟ ਗਿਆ ਹੈਗਾ, ਤਾਂ ਉਸ ਤਰੀਕੇ ਨਾਲ ਪੇਸ਼ੈਂਟ ਕਹਿ ਲਓ ਨਾ ਆਪਣੀ ਇੱਕ ਨੋਰਮਲ ਜ਼ਿੰਦਗੀ ਜੀ ਪਾ ਰਹੇ ਨੇ। ਤੇ ਜਿਵੇਂ ਕਿਸੇ ਦਾ ਚੂਲਾ ਵੀ ਟੁੱਟ ਜਾਂਦਾ ਹੈ, ਕਈ ਵਾਰ ਹੱਡੀ ਨਹੀਂ ਜੁੜਦੀ ਅੰਦਰ, ਤਾਂ ਇੱਕ ਅੱਛਾ ਸੋਲਿਊਸ਼ਨ ਹੈਗਾ ਜਿਹੜਾ ਕਿ ਹਿਪ ਰਿਪਲੇਸਮੈਂਟ, ਜਿਹੜਾ ਕਿ ਇਵੋਲਵ ਹੋ ਗਏ। ਕਈ ਵਾਰ ਕਿਸੇ ਦਾ ਚੂਲਾ ਪਾਇਆ ਹੋਇਆ, ਉਹਦੇ ਵਿੱਚ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਕੋਈ ਅੰਦਰ ਉਹਦੀ ਜਿਹੜੇ ਸਟੈਮ ਪਈ ਹੈ ਉਹ ਟੁੱਟ ਜਾਂਦੀ ਹੈ, ਤਾਂ ਰੀਡੂ ਸਰਜਰੀਜ਼ ਵੀ ਅੱਜ ਕੱਲ੍ਹ ਬੜੇ ਅੱਛੇ ਰਿਜ਼ਲਟਸ ਦੇ ਰਹੀਆਂ, ਬਿਕੋਜ਼ ਜਿਹੜੇ ਇੰਪਲਾਂਟਸ ਹੈਗੇ ਨੇ ਉਹ ਬੜੇ ਅੱਛੇ ਸਾਰੀ ਇੰਪੋਰਟਡ ਕੰਪਨੀਜ਼ ਦੇ ਆਪਣੇ ਕੋਲ ਹੈਗੇ ਨੇ, ਤੇ ਹਰ ਤਰੀਕੇ ਦੀ ਪ੍ਰੋਬਲਮ ਦਾ ਹੱਲ ਕੀਤਾ ਜਾ ਸਕਦਾ। ਤਾਂ ਹਿਪਰੀਬੋਲ ਰਿਪਲੇਸਮੈਂਟ ਹੈਜ਼ ਆਲਸੋ ਇਵੋਲਵਡ ਓਵਰ ਟਾਈਮ, ਤੇ ਇਹਦੇ ਵਿੱਚ ਵੀ ਬੜੇ ਅੱਛੇ ਰਿਜ਼ਲਟਸ ਮਿਲ ਰਹੇ ਹੈਗੇ ਨੇ ਜੀ। ਇਸ ਪਰ ਨਾ ਰੋਬੋਟਿਕ ਟੈਕਨੀਕ ਨੂੰ ਲੈ ਕੇ ਸ਼ਾਇਦ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਅਸਮੰਜਸ਼ ਹੈ, ਕਨਫਿਊਜ਼ਨ ਹੈ ਕਿ ਬਈ ਹੈ ਕੀ, ਕੋਈ ਉਸ ਨੂੰ 3D ਰੋਬੋਟ ਦੇ ਨਾਲ ਕਨਫਿਊਜ਼ ਹੋ ਜਾਂਦਾ, ਕੋਈ ਹੋਰ ਫਲਾ ਨਾਮ ਲੈਣ ਲੱਗ ਜਾਂਦਾ, ਇਹ ਤੁਸੀਂ ਥੋੜ੍ਹਾ ਜਿਹਾ ਨਾ ਡਿਟੇਲ ਦੇ ਵਿੱਚ ਦੱਸੋ ਕਿ ਇਹ ਜਿਹੜਾ ਰੋਬੋਟਿਕ ਟੈਕਨੀਕ ਹੈ ਕਿੱਦਾਂ ਕੰਮ ਕਰਦੀ ਹੈ ਅਤੇ ਦੂਜਿਆਂ ਨਾਲੋਂ ਵੱਖ ਕਿਵੇਂ ਆ ਇਹ? ਬਿਲਕੁਲ, ਅੱਜ ਕੱਲ੍ਹ ਨਾ ਦੇਖੋ ਜਿਵੇਂ ਕਿ ਐਡਵਰਟਾਈਜ਼ਮੈਂਟ ਦਾ ਦੌਰ ਹੈਗਾ, ਬਟ ਕਈ ਵਾਰੀ ਐਡਵਰਟਾਈਜ਼ਮੈਂਟਸ ਥੋੜ੍ਹੀਆਂ ਜਿਹੀਆਂ ਮਿਸਗਾਈਡ ਕਰਨ ਲੱਗ ਜਾਂਦੀਆਂ ਨੇ, ਤਾਂ ਇਹਦੇ ਲਈ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਹੈ। ਬਿਕੋਜ਼ ਬੜੀ ਨਾ ਸਿੰਪਲ ਜਿਹੀ ਚੀਜ਼ ਹੈ, ਦੋ ਚੀਜ਼ਾਂ 'ਚ ਡਿਫਰੈਂਸ਼ੀਏਟ ਕਰ ਸਕਾਂਗੇ ਆਪਾਂ। ਇੱਕ ਆ ਜਾਂਦੀ ਹੈ ਰੋਬੋਟਿਕ ਸਰਜਰੀ, ਜਿਹਦਾ ਹੋਰ ਕੋਈ ਸ਼ਾਰਟ ਫਾਰਮ ਨਹੀਂ ਆ, ਹੋਰ ਕੋਈ ਨਾਮ ਨਹੀਂ, ਜਿਹਦੇ ਕੋਲ ਰੋਬੋਟ ਹੈਗਾ ਦੈਟ ਇਜ਼ ਅ ਰੋਬੋਟਿਕ ਸਰਜਰੀ। ਬਾਕੀ ਜਿਹੜੇ ਕਹਿ ਲਓ ਨਾ, ਬਿਕੋਜ਼ ਇਟ ਇਜ਼ ਅ ਵੈਰੀ ਕੋਸਟਲੀ ਥਿੰਗ, ਮਤਲਬ ਜਿਹੜਾ ਰੋਬੋਟ ਹੈ ਇਟ ਇਜ਼ ਵੈਰੀ ਕੋਸਟਲੀ, ਤਾਂ ਹਰ ਹੋਸਪਿਟਲ ਰੋਬੋਟ ਤਾਂ ਨਹੀਂ ਲੈ ਰਿਹਾ, ਬਟ ਉਹ ਮਾਈਲੇਜ ਲੈਣਾ ਚਾਹ ਰਿਹਾ ਕਿ ਕਿਵੇਂ ਰੋਬੋਟ ਦੇ ਨਾਮ ਤੋਂ ਅਸੀਂ ਪੇਸ਼ੈਂਟ ਨੂੰ ਅਟਰੈਕਟ ਕਰ ਲਈਏ, ਚਾਹੇ ਉਹਨਾਂ ਕੋਲ ਰੋਬੋਟ ਵੀ ਨਹੀਂ ਹੈ। ਤਾਂ ਉਹ ਉਸ ਚੀਜ਼ ਨੂੰ ਇੱਕ ਉਸ ਤਰੀਕੇ ਦਾ ਨਾਮ ਜਿਵੇਂ ਮਿਲਵਾ ਜੁਲਵਾ ਨਾਮ ਦੇ ਕੇ ਨਾ ਪੇਸ਼ੈਂਟ ਨੂੰ ਕਨਫਿਊਜ਼ ਕਰਨ ਦੀ, ਮਿਸਗਾਈਡ ਕਰਨ ਦੀ ਬਹੁਤ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ। ਇਸ ਤਰੀਕੇ ਦੇ ਵਿੱਚ ਕਈ ਨਾਮ ਆ ਰਹੇ ਹੈਗੇ ਨੇ ਜਿਵੇਂ ਰੋਬੋ ਲੈਂਸ ਟੈਕਨੋਲੋਜੀ, ਰੋਬੋ 3D, ਰੋਬੋ 4D, 5D, ਮਤਲਬ D ਲਿਖਣਾ ਹੈਗਾ ਜਿੰਨਾ ਮਰਜ਼ੀ ਲਿਖ ਦਿਓ ਅੱਜ ਕੱਲ੍ਹ, ਮਤਲਬ ਕਹਿ ਲਓ ਨਾ ਜਿਵੇਂ ਆਪਾਂ ਦੇਖਦੇ ਹਾਂ ਸ਼ੋਅ ਚੱਲਦੇ ਨੇ TV ਦੇ, 3D ਸ਼ੋਅ, 5D ਸ਼ੋਅ, 7D ਸ਼ੋਅ,
ਅੰਦਰ ਜਾ ਕੇ ਤਾਂ ਉਹੀ ਸਾਰਾ ਸੇਮ ਹੁੰਦਾ, ਬਟ ਬਾਹਰ ਲੇਬਲਿੰਗ ਅਲੱਗ ਕਰ ਦਿੰਦੇ ਆ। ਉਸੇ ਤਰੀਕੇ ਨਾਲ ਅੱਜ ਕੱਲ੍ਹ ਲੇਬਲਿੰਗ ਇਸ 'ਚ ਵੀ ਚੱਲਣ ਲੱਗ ਗਈ ਹੈਗੀ ਹੈ। ਔਗਮੈਂਟਿਡ ਰਿਐਲਿਟੀ ਵੀ ਆਪਾਂ ਕਹਿ ਰਹੇ ਹਾਂ, ਕੋਈ ਪਿਕਸੀ ਲਿਆ ਰਿਹਾ, ਮੀਨਸ ਇਹ ਸਾਰੀਆਂ ਚੀਜ਼ਾਂ ਪਿਛਲੇ 7, 8, 10 ਸਾਲ ਤੋਂ ਆਲਰੇਡੀ ਚੱਲ ਰਹੀਆਂ ਸੀਗੀਆਂ। ਦੇ ਆਰ ਜਸਟ ਸੋਫਟਵੇਅਰਸ ਜਿਸਨੂੰ ਅਸੀਂ ਕਹਿ ਦਿੰਦੇ ਹਾਂ ਕੰਪਿਊਟਰ ਨੈਵੀਗੇਸ਼ਨ, ਜਿਹਦੇ ਨਾਲ ਕਿ ਇੱਕ ਗਾਈਡੈਂਸ ਮਿਲ ਰਹੀ ਹੈਗੀ ਹੈ। ਸਰਜਰੀ ਤੋਂ ਪਹਿਲੇ ਆਪਾਂ ਪਲੈਨਿੰਗ ਕਰ ਪਾ ਰਹੇ ਹੈਗੇ ਹਾਂ, ਬਟ ਐਗਜੀਕਿਊਸ਼ਨ ਡਾਕਟਰ ਹਿਮਸੈਲਫ ਇਜ਼ ਡੂਇੰਗ, ਐਗਜੀਕਿਊਸ਼ਨ ਰੋਬੋਟ ਨਹੀਂ ਕਰ ਰਿਹਾ। ਤਾਂ ਇਹ ਜਿਹੜੀ ਕੰਪਿਊਟਰ ਨੈਵੀਗੇਸ਼ਨ ਟੈਕਨੋਲੋਜੀ ਦੀ ਅੱਗੇ ਬ੍ਰਾਂਚੇਸ ਕਹਿ ਸਕਦੇ ਹਾਂ ਆਪਾਂ ਨੂੰ, ਜਿਹੜੀਆਂ ਗਾਈਡ ਕਰ ਰਹੀਆਂ ਸਰਜਰੀ ਲਈ ਤੁਹਾਨੂੰ, ਬਟ ਉਹਨੂੰ ਡਿਲੀਵਰ ਨਹੀਂ ਕਰ ਰਹੀਆਂ, ਹੱਡੀ ਨੂੰ ਛਿੱਲ ਨਹੀਂ ਰਹੀਆਂ, ਕੱਟ ਨਹੀਂ ਰਹੀਆਂ, ਆਪਣੇ ਆਪ ਕਰਨਾ ਪੈ ਰਿਹਾ ਡਾਕਟਰ ਨੂੰ ਹੀ। ਤੇ ਦੂਸਰੇ ਪਾਸੇ ਆ ਜਾਂਦੀ ਹੈ ਰੋਬੋਟਿਕ ਸਰਜਰੀ। ਰੋਬੋਟਿਕ ਸਰਜਰੀ ਇਜ਼ ਵੈਰੀ ਕਲੀਅਰ, ਪਲੈਨਿੰਗ ਵੀ ਆਪਾਂ ਰੋਬੋਟ ਦੇ ਥਰੂ ਕਰ ਰਹੇ ਹੈਗੇ ਆ, ਤੇ ਐਗਜ਼ੀਕਿਊਸ਼ਨ ਵੀ ਰੋਬੋਟ ਕਰ ਰਿਹਾ। ਮੀਨਸ ਕਿ ਜਿਹੜੀ ਆਪਾਂ ਫਾਈਨਲ ਪਲਾਨ ਜਿਹੜਾ ਇੱਕ ਡਾਕਟਰ ਨੇ ਬਣਾਇਆ ਹੈਗਾ, ਉਸ ਨੂੰ ਹੱਡੀ ਰਿਮੂਵ ਕਰਨ ਦਾ ਜਿਹੜਾ ਕੰਮ ਹੈ, ਰੋਬੋਟ ਆਪਣੇ ਆਪ ਕਰੇਗਾ ਐਕਿਊਰੇਟਲੀ, ਚਾਹੇ ਉਹ ਸੈਮੀ ਐਕਟਿਵ ਰੋਬੋਟ ਹੈ ਜਾਂ ਟੋਟਲੀ ਐਕਟਿਵ ਰੋਬੋਟ ਹੈ। ਤਾਂ ਉਹ ਅਲੱਗ ਗੱਲ, ਅਲੱਗ ਡਿਸਕਸ਼ਨ ਹੋ ਜਾਂਦੀ ਹੈ। ਬਟ ਜਿਹੜਾ ਇਹ ਸਾਰੀਆਂ ਟੈਕਨੋਲੋਜੀਜ਼ ਹੋ ਗਈਆਂ, ਰੋਬੋ 3D, ਰੋਬੋ ਲੈਂਸ, ਆਗਮੈਂਟਿਡ ਰਿਐਲਿਟੀ, ਪਿਕਸੀ, ਇਹ ਸਾਰੀਆਂ ਆ ਜਾਣਗੀਆਂ ਜੀ ਕੰਪਿਊਟਰ ਨੈਵੀਗੇਸ਼ਨ ਦੇ ਵਿੱਚ, ਜਿਹੜੀ ਇਹ ਪਿਛਲੇ 10-15 ਸਾਲ ਤੋਂ ਚੱਲ ਰਹੇ। ਹੁਣ ਜੇ ਆਪਾਂ ਰੋਬੋਟਿਕ ਸਰਜਰੀ ਦੀ ਗੱਲ ਕਰੀਏ, ਤਾਂ ਰੋਬੋਟਿਕ ਸਰਜਰੀ ਵੀ ਮੰਨ ਕੇ ਚੱਲੋ 2018-17 ਦੀ ਰੇਂਜ ਤੋਂ ਸ਼ੁਰੂ ਹੋਈ ਹੋਈ ਹੈ। ਤਾਂ ਲੋਕਾਂ ਦੇ ਮਨ ਵਿੱਚ ਡੈਫੀਨੇਟਲੀ ਡਾਊਟਸ ਹੈ ਕਿ ਹਾਂਜੀ ਇਹ ਨਵੀਂ ਟੈਕਨੀਕ ਹੈ, ਬਟ ਓਵਰ ਲਾਸਟ 5-6 ਈਅਰਸ ਇਹਦੇ ਵਿੱਚ ਇੰਨੇ ਅੱਛੇ ਰਿਜ਼ਲਟਸ ਆ ਚੁੱਕੇ ਹੈਗੇ ਨੇ। ਦਾ ਕਹਿ ਲਓ ਰੋਬੋਟਿਕ ਸਰਜਰੀ ਹੈਜ਼ ਸਟੂਡ ਦ ਟੈਸਟ ਆਫ ਟਾਈਮ, ਕਿ ਟਾਈਮ ਦੇ ਨਾਲ ਜਿਹੜੀ ਟੈਕਨੀਕ ਰਿਫਾਈਨ ਹੋਈ ਹੈ, ਰਿਜ਼ਲਟਸ ਦੇ ਰਹੀ ਹੈਗੀ ਹੈ। ਇਸੇ ਕਰਕੇ ਲੋਕ ਹਜੇ ਵੀ ਉਹਦੇ ਬਾਰੇ ਆਪਟ ਕਰ ਰਹੇ ਨੇ, ਅਦਰਵਾਈਜ਼ ਜ਼ਿਆਦਾ ਐਕਸਪੈਂਡੀਚਰ ਕਰਕੇ ਜੇ ਚੀਜ਼ ਅੱਛੀ ਨਾ ਹੋਵੇ ਤਾਂ ਕੌਣ ਉਸਨੂੰ ਆਪਟ ਕਰੇਗਾ। ਇਸ ਦੇ ਨਾਲ ਹੀ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸ਼ਾਇਦ ਕਾਲ ਕੱਟ ਗਿਆ, ਪਰ ਦੁਬਾਰਾ ਤੋਂ ਤੁਸੀਂ ਟਰਾਈ ਕਰ ਸਕਦੇ ਹੋ। ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਕੋਈ ਵੀ ਸਵਾਲ ਡਾਕਟਰ ਸਾਹਿਬ ਤੋਂ ਲਾਈਵ ਪੁੱਛਣਾ ਚਾਹੁੰਦੇ ਹੋ, ਕੁਆਰੀ ਹੈ ਤੁਹਾਡੀ ਕੋਈ ਵੀ, ਤੁਸੀਂ ਦੁਬਾਰਾ ਫੋਨ ਕਰਕੇ ਵੀ ਜਿਹੜਾ ਸਾਡੇ ਨਾਲ ਸਾਂਝ ਪਾ ਸਕਦੇ ਹੋ। ਜੀ ਡਾਕਟਰ ਸਾਹਿਬ ਜੀ, ਤੇ ਮਤਲਬ ਸਾਡੇ ਕੋਲ ਕਈ ਵਾਰ ਜਦੋਂ ਪੇਸ਼ੈਂਟਸ ਆਉਂਦੇ ਨੇ ਤੇ ਉਹਨਾਂ ਦੇ ਮਨ 'ਚ ਐਗਜੈਕਟਲੀ ਇਹੀ ਸਵਾਲ ਹੁੰਦੇ ਨੇ ਕਿ ਹਾਂਜੀ ਡਾਕਟਰ ਸਾਹਿਬ ਕਦੋਂ ਤੋਂ ਇਹ ਟੈਕਨੋਲੋਜੀ ਯੂਜ਼ ਕਰ ਸਕਦੇ ਕਰ ਰਹੇ ਹੋ ਤੁਸੀਂ, ਕਿੰਨਾ ਐਕਸਪੀਰੀਅੰਸ ਹੈ ਤੁਹਾਡਾ, ਕਿੰਨੀ ਸਰਜਰੀ ਤੁਸੀਂ ਰੋਬੋਟਿਕ ਕਰ ਚੁੱਕੇ ਹੋ, ਤੇ ਰੋਬੋਟ ਕਿੰਨੀ ਦੇਰ ਤੋਂ ਚੱਲ ਰਿਹਾ, ਤੇ ਕਿਵੇਂ ਅਸੀਂ ਕਰੀਏ, ਤੁਹਾਡਾ ਐਕਸਪੀਰੀਅੰਸ ਤਾਂ 10-15 ਸਾਲ ਦਾ ਹੈਗਾ ਬਟ ਰੋਬੋਟ ਹਜੇ ਨਵਾਂ ਹੈਗਾ, ਤੇ ਮਤਲਬ ਕਿਵੇਂ ਅਸੀਂ ਇਹਨੂੰ ਟਰਸਟ ਕਰੀਏ ਕਿ ਰਿਜ਼ਲਟ ਦੇਗਾ। ਤੇ ਬੜੇ ਸਿੰਪਲ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਕਿ ਇਹਦੇ ਵਿੱਚ ਵੀ ਰੋਬੋਟ ਦੇ ਥਰੂ ਵੀ ਦਿਮਾਗ ਤੇ ਐਕਸਪੀਰੀਅੰਸ ਤਾਂ ਡਾਕਟਰ ਦਾ ਹੀ ਚੱਲ ਰਿਹਾ। ਤਾਂ ਇਟ ਇਜ਼ ਅ ਜੋੜੀ ਕਿ ਜਿਵੇਂ ਕਹਿ ਲਓ ਨਾ, ਜਿਵੇਂ ਡਾਕਟਰ ਨੂੰ ਰੋਬੋਟ ਦੇ ਥਰੂ ਕੀ ਐਕਸਟਰਾ ਐਡ ਮਿਲ ਰਿਹਾ, ਤਾਂ ਇਟ ਇਜ਼ ਅ ਥਰਡ ਆਈ, ਜਿਵੇਂ ਦੋ ਅੱਖਾਂ ਨਾਲ ਆਪਾਂ ਇੱਕ ਲੈਵਲ ਤੱਕ ਦੇਖ ਸਕਦੇ ਹਾਂ, ਬਟ ਕਹਿ ਲਓ ਨਾ ਉਹਨੂੰ ਪ੍ਰਿਸਾਈਜ਼ਲੀ ਜੇ ਆਪਾਂ 1-1 ਮਿਲੀਮੀਟਰ ਤੱਕ, 1-1 ਡਿਗਰੀ ਤੱਕ ਦੇਖਣਾ, ਤਾਂ ਉਹ ਸਾਡੀ ਅੱਖ ਨਹੀਂ ਦੇਖ ਸਕਦੀ। ਉਹ ਸਾਨੂੰ ਇੱਕ ਕੋਈ ਨਾ ਕੋਈ ਮੈਜ਼ਰਮੈਂਟ ਟੈਕਨੀਕ ਚਾਹੀਦੀ ਹੈ ਜੋ ਕਿ ਸਾਨੂੰ ਰੋਬੋਟਿਕ ਆਫਰ ਕਰ ਰਹੀ, ਜਿਹਦੇ ਵਿੱਚ ਕਿ ਅਸੀਂ 1-1 ਡਿਗਰੀ 1-1 ਮਿਲੀਮੀਟਰ ਨੂੰ ਦੇਖ ਪਾਉਂਦੇ ਹਾਂ ਔਨ ਦਾ ਸਕਰੀਨ। ਤਾਂ ਇਟ ਇਜ਼ ਅ ਥਰਡ ਆਈ ਜਿਹੜੀ ਸਾਨੂੰ ਕਾਫੀ ਐਕਸਟਰਾ ਇਨਫੋਰਮੇਸ਼ਨ ਦੇ ਰਹੀ ਹੈ। ਫਿਰ ਉਸ ਤੋਂ ਬਾਅਦ ਇੱਕ ਰੋਬੋਟਿਕ ਆਰਮ ਹੈਗੀ ਹੈ ਜਿਹੜੀ ਕਹਿ ਲਓ ਨਾ ਇੱਕ ਸਪੈਸ਼ਲੀ ਡਿਜ਼ਾਈਨਡ ਹੈਗੀ ਹੈ ਓਵਰ ਈਅਰਸ, ਕਿ ਇੱਕ ਸਪੈਸ਼ਲ ਡਾਇਰੈਕਸ਼ਨ ਤੋਂ ਆ ਕੇ ਹੱਡੀ ਨੂੰ ਛਿੱਲੇਗੀ ਤਾਂ ਕਿ ਮਸਲਸ ਨੂੰ, ਲਿਗਾਮੈਂਟਸ ਨੂੰ ਕੋਈ ਸਾਨੂੰ ਖਿੱਚਤੂ ਨਾ ਕਰਨੀ ਪਵੇ। ਤਾਂ ਉਹ ਇੱਕ ਸਾਨੂੰ ਇੱਕ ਐਕਸਟਰਾ ਆਰਮ ਮਿਲ ਰਹੀ ਹੈ, ਐਕਸਟਰਾ ਬਾਂਹ ਮਿਲ ਰਹੀ ਹੈ ਕੰਮ ਕਰਨ ਦੇ ਲਈ, ਤੇ ਇੱਕ ਸਿਕਸਥ ਸੈਂਸ ਮਿਲ ਰਹੀ ਹੈ ਜਿਹੜੀ ਨੋਰਮਲ ਆਪਣੀਆਂ 5 ਸੈਂਸਿਸ ਨਾਲ ਆਪਾਂ ਕੰਮ ਕਰ ਰਹੇ ਹਾਂ, ਤੇ ਇੱਕ ਐਕਸਟਰਾ ਆਪਾਂ ਨੂੰ ਸੈਂਸ ਮਿਲ ਰਹੀ ਹੈ। ਤਾਂ ਜਦੋਂ ਇੰਨੀ ਇਹ ਤੁਹਾਡੇ ਕੋਲ ਐਕਸਟਰਾ ਪਾਵਰਸ ਮਿਲ ਜਾਂਦੀਆਂ ਨੇ, ਤਾਂ ਆਪਾਂ ਓਬਵੀਅਸਲੀ ਇੱਕ ਬੈਟਰ ਰਿਜ਼ਲਟ ਦੇਵਾਂਗੇ। ਤੇ ਇਹਦੇ ਵਿੱਚ ਕਦੀ ਵੀ ਐ ਨਹੀਂ ਹੋਏਗਾ ਕਿ ਦ ਰੋਬੋਟ ਇਜ਼ ਫੁੱਲੀ ਇਨ ਕੰਟਰੋਲ ਜਾਂ ਫੁੱਲੀ ਪਾਵਰ 'ਚ ਹੈਗਾ ਉਹ, ਚਾਹੇ ਉਹ ਫੁੱਲੀ ਐਕਟਿਵ ਜਾਂ ਆਪਾਂ ਉਹਨੂੰ ਫੁੱਲੀ ਆਟੋਮੈਟਿਕ ਰੋਬੋਟ ਕਹਿੰਦੇ ਹਾਂ, ਬਟ ਸਟਿਲ ਇਟ ਇਜ਼ ਫੋਲੋਇੰਗ ਦ ਆਰਡਰਸ ਆਫ ਦ ਡਾਕਟਰ ਆਲ ਦ ਟਾਈਮ। ਤੇ ਰੋਬੋਟ ਨੂੰ ਜੇ ਪ੍ਰੋਪਰਲੀ ਯੂਜ਼ ਕਰਨਾ ਹੈ ਤਾਂ ਇਹਦੇ ਲਈ ਇੱਕ ਐਕਸਪੀਰੀਅੰਸ ਡਾਕਟਰ ਹੋਣਾ ਬਹੁਤ ਜ਼ਰੂਰੀ ਹੈਗਾ। ਇੱਕ ਰੋਬੋਟਿਕ ਦੀ ਥਰੋ ਟ੍ਰੇਨਿੰਗ ਹੈਗੀ ਹੈ ਜਿਹੜੀ 1-2 ਸਾਲ ਕਰਨ ਤੋਂ ਬਾਅਦ ਹੀ ਜਦੋਂ ਇਸ ਨੂੰ ਰੋਬੋਟ ਨੂੰ ਅਸੀਂ ਯੂਜ਼ ਕਰਦੇ ਹਾਂ ਫਿਰ ਇਹਨੂੰ ਪ੍ਰੋਪਰਲੀ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਇੱਕ ਬਿਗਿਨਰ ਦੇ ਲਈ ਜਾਂ ਫਿਰ ਪਹਿਲੇ ਦਿਨ ਲਈ ਆ ਕੇ ਬਿਨਾਂ ਟ੍ਰੇਨਿੰਗ ਤੋਂ ਇਸ ਰੋਬੋਟ ਨੂੰ ਯੂਜ਼ ਕਰਨਾ ਇਜ਼ ਨੋਟ ਪੋਸੀਬਲ। ਤਾਂ ਐਕਸਪੀਰੀਅੰਸ ਇਹਦੇ ਵਿੱਚ ਵੀ ਮੈਟਰ ਕਰਦਾ ਹੈ, ਤੇ ਜੇ ਤੁਹਾਡਾ ਡਾਕਟਰ ਐਕਸਪੀਰੀਅੰਸਡ ਹੈ ਤੇ ਤੁਸੀਂ ਉਹਦੇ ਪੁਰਾਣੇ ਰਿਜ਼ਲਟ ਦੇਖ ਚੁੱਕੇ ਹੋ, ਤਾਂ ਰੋਬੋਟਿਕ ਦੇ ਨਾਲ ਹੋਰ ਬੈਟਰ ਹੀ ਰਿਜ਼ਲਟ ਦੇਏਗਾ, ਬਿਕੋਜ਼ ਉਹਦੇ ਕੋਲ ਐਕਸਟਰਾ ਪਾਵਰ, ਐਕਸਟਰਾ ਸੈਂਸਿਸ, ਐਕਸਟਰਾ ਵਿਜ਼ਨ ਮਿਲ ਗਈ, ਜਿਹਦੇ ਨਾਲ ਕਿ ਉਹ ਚੀਜ਼ਾਂ ਵੀ ਦੇਖ ਪਾ ਰਿਹਾ ਜੋ ਉਹ ਪਹਿਲੇ ਮਿਸ ਕਰ ਰਿਹਾ ਸੀਗਾ। ਇਹਦੇ ਚ ਮਤਲਬ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਡਾਕਟਰਸ ਦੀ ਟੀਮ ਨਾਲ ਹੀ ਰਹਿੰਦੀ ਹੈ, ਮਤਲਬ ਰੋਬੋਟ ਵੀ ਹੁੰਦਾ ਹੈ ਆਲ ਦ ਟਾਈਮ ਡਾਕਟਰਸ ਦੇ ਕਮਰੇ 'ਚ ਬੈਠੇ ਆ ਤੇ ਰੋਬੋਟ ਦੂਸਰੇ ਕਮਰੇ 'ਚ ਆਪਰੇਟ ਕਰ ਰਿਹਾ,
उस टाइम ते गोडे नू खोलना डॉक्टर दा काम, गोडे नू रोबोट दे नाल अलाइन करना, सारे अंदर पॉइंट्स मार्क करने, वो सारा कुछ डॉक्टर ही कर रहे हैं। फाइनल जिहड़े अंदरों दी असीं गैप चेक्स करदे हां, वो भी असीं कर रहे हां। तां इन एवरी स्टेप वी आर इनवॉल्व, वी आर देयर, एंड रोबोट साडी गाइडेंस दे अंडर काम कर रहे हैं, ते वो कर रहे हैं जो असीं उहनूं ऑर्डर कर रहे हैं फाइनल जिहड़ा डिलीवर करन दे लई। तां इस दे विच द डॉक्टर इज इन कंट्रोल ऑल द टाइम, तां जी ट्रस्ट तुसीं डॉक्टर ते ही करना है, रोबोट ते भावें ना करिए। जी कॉलर साढ़े नाल जुड़ चुके ने। हेलो, हेलो, सत श्री अकाल जी, सत श्री अकाल जी। की नाम थोड़ा, कित्थों बोल रहे हो? अमरजीत है जी। अमरजीत, की सवाल करना चाहते हो डॉक्टर जी? तो तुसीं मैं गोडे बारे पूछना इन्हां तों, इत्थे इत्थे कर इलाज कर देणगे ने? कित्थों इलाज कराना है? मैं तां कनेडा च। अच्छा, कैनेडा दे विच तुसी इलाज कराना चाहते हो? हाँ जी, ये थोनू बेहतर डॉक्टर साहब ही जवाब दे सकते हैं, पर तुसी अपनी प्रॉब्लम दस सकते हो कि थोनू किस तरीके की प्रॉब्लम आती है गोडे दे विच? जो मैं गोड उठती हाँ, जो गोडे तो उठ के तुरया नहीं जाता मेरे तो। अच्छा, गोडे तो उठ के तुरया नहीं जाता। थोड़ी उम्र क्या है? उम्र मेरी 63 साल है। 63 साल उम्र है थोड़ी। अच्छा, इक्को ही गोडे च है कि दोनों गोडिया च दिक्कत है? सज्जा गोडा। सज्जे गोडे दे विच दिक्कत है। तुसी लाइव सुनते रहो, थोनू जवाब मिल जाएगा। जी डॉक्टर साहब जवाब। अमरजीत कौर जी दा उम्र 63 साल है, एक गोडे दी दिक्कत हैगी है। तां मोस्टली इस उम्र दे विच जदों अपनी कह लो ना 63+ एज हैगी है, तां एक तां उहनां नूं एक सिंपल टेस्ट चाहीदा हैगा, खड़े होंदे हुए जिहड़ा उहनां दा एक्सरे होएगा गोडे दा, जिस नाल कि आपां नूं पता लग जाएगा उहनां दी गोडे दी स्टेज किन्नी है। बट उहनां दे सिम्पटम्स तों मोस्टली यही लग रिहा सी पता कि उहनां नूं गोडे दा आर्थराइटिस होया होया है। उम्र दे हिसाब नाल जे आपां ट्रीटमेंट गाइड करिए तां एक जिहड़ा परमानेंट सोल्यूशन हैगा ਉਹ ਨੀ ਰਿਪਲੇਸਮੈਂਟ ਦੇ ਨਾਲ ਹੀ ਉਹਨਾਂ ਨੂੰ ਮਿਲੇਗਾ। ਜ਼ਰੂਰ ਜਦੋਂ ਤੱਕ ਉਹ ਵੇਟ ਕਰ ਰਹੇ ਹੈਗੇ ਨੇ ਤਾਂ ਕੁਛ ਨਾ ਕੁਛ ਜਿਵੇਂ ਸਪਲੀਮੈਂਟਸ ਉੱਥੇ ਮਿਲ ਜਾਂਦੇ ਨੇ, ਗਲੂਕੋਜ਼ਾਮੀਨ ਦੇ ਜਾਂ ਫਿਰ ਕੋਈ ਵੀ ਕਾਰਟਿਲੇਜ ਸਪਲੀਮੈਂਟਸ ਮਿਲ ਜਾਂਦੇ ਹੈਗੇ ਨੇ, ਕੋਲੇਜਨ ਸਪਲੀਮੈਂਟਸ ਮਿਲ ਜਾਂਦੇ ਨੇ, ਉਹ ਸਾਰੀਆਂ ਚੀਜ਼ਾਂ ਆਪਾਂ ਲੈ ਸਕਦੇ ਹਾਂ ਜਿੰਨੀ ਦੇਰ ਆਪਾਂ ਵੇਟ ਕਰ ਰਹੇ ਹੈਗੇ ਹਾਂ। ਆਂਟੀ ਜੀ, ਜਿਹੜਾ ਤੁਹਾਡਾ ਨੀ ਸਰਜਰੀ ਹੈਗੀ ਹੈ ਕੈਨੇਡਾ ਦਾ ਵੀ, ਜ਼ਰੂਰ ਤੁਹਾਡੀ ਫ੍ਰੀ ਹੈਗੀ ਹੈ, ਤੇ ਜੇ ਤੁਹਾਡੀ ਵੇਟਿੰਗ ਬਹੁਤ ਜ਼ਿਆਦਾ ਲੰਬੀ ਨਹੀਂ ਹੈਗੀ ਤਾਂ ਤੁਸੀਂ ਡੈਫੀਨੇਟਲੀ ਉੱਥੇ ਕਰਵਾ ਸਕਦੇ ਹੋ। ਬਟ ਸਾਡਾ ਸੈਂਟਰ ਸਿਰਫ ਬਠਿੰਡਾ ਦੇ ਵਿੱਚ ਇਸ ਟਾਈਮ ਤੇ ਹੈਗਾ, ਨਾਗਪਾਲ ਹਸਪੀਟਲ ਬਠਿੰਡਾ, ਤੇ ਅਸੀਂ ਇੱਥੇ ਹੀ ਸਾਰੀਆਂ ਸਰਜਰੀਜ਼ ਕਰਦੇ ਹੈਗੇ ਆ। ਤਾਂ ਜਦੋਂ ਵੀ ਬਾਈ ਚਾਂਸ ਤੁਸੀਂ ਜੇ ਵੇਟਿੰਗ ਤੁਹਾਡੀ ਬਹੁਤ ਲੰਬੀ ਹੈਗੀ ਹੈ, ਜਾਂ ਤੁਸੀਂ ਚਾਹੋ ਕਿ ਤੁਸੀਂ ਐਡਵਾਂਸ ਟੈਕਨੀਕਸ ਜਿਵੇਂ ਕਿ ਕੰਪਿਊਟਰ ਨੈਵੀਗੇਸ਼ਨ ਜਾਂ ਰੋਬੋਟਿਕ ਸਰਜਰੀ ਦੇ ਨਾਲ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਮ ਦੇ ਲਿਖੇ ਹੋਏ ਥੱਲੇ ਨੰਬਰ ਤੇ ਕਿਸੇ ਵੀ ਟਾਈਮ ਮੈਨੂੰ ਵਟਸਐਪ ਤੇ ਜਾਂ ਕਾਲ ਦੇ ਥਰੂ ਕੰਟੈਕਟ ਕਰ ਸਕਦੇ ਹੋ। ਜਦੋਂ ਵੀ ਤੁਹਾਡਾ ਇੰਡੀਆ ਚੱਕਰ ਲੱਗਦਾ ਹੈਗਾ ਤੁਸੀਂ ਮੈਨੂੰ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ, ਤੇ ਆਪਾਂ ਮੋਸਟਲੀ ਕਹਿ ਲਓ ਨਾ ਆਉਂਦੇ ਸਾਰ ਤੁਹਾਡੇ ਸਾਰੇ ਟੈਸਟ ਕਰਦੇ ਹੈਗੇ ਆ। ਜੇ ਸਾਰੇ ਟੈਸਟ ਠੀਕ ਆਉਂਦੇ ਨੇ ਤਾਂ ਵਿਦਿਨ 2 ਜਾਂ 3 ਡੇਜ਼ ਤੁਹਾਨੂੰ ਅਸੀਂ ਸਰਜਰੀ ਦੀ ਅਪਾਇੰਟਮੈਂਟ ਦੇ ਕੇ ਤੁਹਾਡੀ ਸਰਜਰੀ ਕਰ ਸਕਦੇ ਆ। ਬਟ ਇਹ ਐਟ ਦਾ ਮੂਮੈਂਟ ਅਨਫੋਰਚੂਨੇਟਲੀ ਕੈਨੇਡਾ ਦੇ ਵਿੱਚ ਸਾਡੀਆਂ ਡਿਗਰੀਜ਼ ਹਜੇ ਵੈਲਿਡ ਨਹੀਂ ਹੈਗੀਆਂ। ਮੇ ਬੀ ਕੋਈ ਨਾ ਕੋਈ ਇੰਡੀਆ ਕੈਨੇਡਾ ਟ੍ਰੀਟੀ ਕੱਢੇਗਾ ਕਿ ਟਰੈਵਲਿੰਗ ਸਰਜਰੀਜ਼ ਸ਼ਾਇਦ ਅਲਾਓ ਹੋ ਜਾਣ ਇਨ ਦਾ ਫਿਊਚਰ, ਬਟ ਐਟ ਦਾ ਮੂਮੈਂਟ ਹਜੇ ਆਪਾਂ ਇਹ ਕਰਨਾ ਹੈਗਾ ਤਾਂ ਤੁਹਾਨੂੰ ਇੰਡੀਆ ਆ ਕੇ ਹੀ ਇਸ ਚੀਜ਼ ਦਾ ਇਲਾਜ ਕਰਵਾਉਣਾ ਪਏਗਾ। ਜੀ ਇਹਦੇ ਵਿੱਚ ਨਾ ਮੈਂ ਇੱਕ ਗੱਲ ਜ਼ਰੂਰ ਇੱਥੇ ਡਾਕਟਰ ਨਾਗਪਾਲ ਜੀ ਐਡ ਕਰਨਾ ਚਾਹੂੰਗੀ, ਕਿਉਂਕਿ ਬਹੁਤੇ ਦਰਸ਼ਕ ਜਿਹੜੇ ਨੇ ਬਾਹਰੋਂ ਟੀਵੀ ਤੋਂ ਵੀ ਸਾਨੂੰ ਇਸ ਸਮੇਂ ਦੇਖ ਰਹੇ ਨੇ, ਅਤੇ ਉੱਥੇ ਠੰਡ ਹੋਣ ਦੇ ਕਰਕੇ ਜਿਹੜੀ ਇਹ ਦਿੱਕਤ ਥੋੜ੍ਹੀ ਬਜ਼ੁਰਗਾਂ ਦੇ ਵਿੱਚ ਕਹਿ ਲਓ ਜਾਂ ਫਿਰ 50+ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਠੰਡ ਕਰਕੇ ਨਾ ਮਤਲਬ ਗੋਡੇ ਜਾਮ ਹੋ ਜਾਂਦੇ ਨੇ, ਐਂ ਕਹਿ ਲਓ। ਕੁਛ ਟਿਪ ਵੀ ਜ਼ਰੂਰ ਦਿਓ ਉਹਨਾਂ ਨੂੰ ਜੋ ਦੇਖ ਰਹੇ ਨੇ। ਬਿਲਕੁਲ ਜੀ, ਸਰਦੀਆਂ ਜਿਹੜੀਆਂ ਨੇ ਦੇ ਆਰ ਵੈਰੀ ਹਾਰਸ਼ ਔਨ ਦਾ ਜੁਆਇੰਟਸ ਕਹਿ ਲਓ ਨਾ, ਜਿਹੜੇ ਖਰਾਬ ਹੋ ਰਹੇ ਜੁਆਇੰਟਸ ਨੇ, ਆਰਥਰੀਟਿਕ ਜੁਆਇੰਟਸ ਨੇ ਜਾਂ ਓਵਰਆਲ ਕੋਈ ਵੀ ਪੁਰਾਣੀ ਸੱਟ ਲੱਗੀ ਹੋਏ, ਤਾਂ ਜਦੋਂ ਆਪਾਂ ਨੂੰ ਠੰਡ ਲੱਗਦੀ ਹੈ ਤਾਂ ਉਹ ਸੱਟ ਥੋੜ੍ਹੀ ਜੀ ਪੇਨਫੁਲ ਹੋ ਜਾਂਦੀ ਹੈ, ਮਸਲਸ ਲਿਗਾਮੈਂਟ ਸਾਰੇ ਪੇਨ ਜ਼ਿਆਦਾ ਕਰਨ ਲੱਗ ਜਾਂਦੇ ਨੇ। ਤਾਂ ਇਸ ਟਾਈਮ 'ਤੇ ਸਪੈਸ਼ਲ ਟਿਪ ਇਹੀ ਹੈ ਜੀ, ਇੱਕ ਤਾਂ ਅਵੋਇਡ ਕਰੀਏ ਆਪਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਐਕਸਪੋਜਰ, ਤੇ ਜਦੋਂ ਵੀ ਆਪਾਂ ਕਹਿ ਲਓ ਨਾ ਬਾਹਰ ਜਾਣਾ ਹੈਗਾ ਇਕੁਅਲੀ ਕਵਰਡ ਰੱਖੀਏ ਨੀਜ਼ ਦੇ ਉੱਪਰ ਆਪਾਂ ਕੁਛ ਨਾ ਕੁਛ, ਬਿਕੋਜ਼ ਨੀ ਇੱਕ ਗੋਡਾ ਜਿਹੜਾ ਹੈਗਾ ਸੁਪਰਫੀਸ਼ੀਅਲ ਜੁਆਇੰਟ ਹੈਗਾ ਜਿਹਦੇ ਵਿੱਚ ਕਿ ਜਸਟ ਸਕਿਨ ਦੇ ਥੱਲੇ ਹੀ ਆਪਣਾ ਜੁਆਇੰਟ ਹੱਡੀ ਪਈ ਹੈ, ਤਾਂ ਇਸ ਟਾਈਮ ਤੇ ਇਹਦੀ ਕਵਰੇਜ ਨਹੀਂ ਹੈਗੀ। ਤਾਂ ਇਹਨੂੰ ਕੋਈ ਨਾ ਕੋਈ ਆਪਾਂ ਨੀ ਕੈਪ ਪਾ ਕੇ ਜਾਂ ਵਾਰਮਰ ਇਹਦੇ ਉੱਪਰ ਜ਼ਰੂਰ ਰੱਖੀਏ, ਇਹਨੂੰ ਨਿਗਾਹ ਰੱਖੀਏ। ਤੇ ਜਿਹੜੀਆਂ ਇਸ ਟਾਈਮ ਤੇ ਜ਼ਰੂਰੀ ਹੈ ਕਿ ਆਪਾਂ ਕੁਛ ਨਾ ਕੁਛ ਐਕਸਰਸਾਈਜ਼ ਜਿਹੜੀ ਗੋਡਿਆਂ ਦੀ ਕਰਦੇ ਰਹੀਏ ਤਾਂ ਕਿ ਮਸਲਸ ਆਪਣੇ ਸਟਰੋਂਗ ਰਹਿਣ, ਗੋਡੇ ਤੇ ਲੋਡ ਬਹੁਤ ਜ਼ਿਆਦਾ ਨਾ ਪਵੇ। ਤੇ ਟਾਈਮ ਟੂ ਟਾਈਮ ਕੁਛ ਨਾ ਕੁਛ ਆਇਲ ਮਸਾਜ ਕਰਕੇ, ਕੁਛ ਨਾ ਕੁਛ ਹੌਟ ਫੋਮੈਂਟੇਸ਼ਨ ਕਰਕੇ
ਇਹਨਾਂ ਨੂੰ ਆਪਾਂ ਕਹਿ ਲਓ ਨਾ ਅੰਦਰੋਂ ਦੀ ਇਹਨਾਂ ਦੀ ਜਿਵੇਂ ਇਨਫਲਮੇਸ਼ਨ ਜਾਂ ਸਵੈਲਿੰਗ ਨੂੰ ਆਪਾਂ ਘਟਾ ਸਕਦੇ ਹਾਂ। ਤਾਂ ਸਰਦੀਆਂ ਦੇ ਵਿੱਚ ਇਹ ਸਾਰੀ ਐਕਸਰਸਾਈਜ਼ ਦਾ ਮਸਾਜ ਜਾਂ ਹੌਟ ਫੋਮੈਂਟੇਸ਼ਨ ਨਾਲ ਕਾਫੀ ਪੇਸ਼ੈਂਟਸ ਨੂੰ ਕਾਫੀ ਰਿਲੀਫ ਮਿਲਦਾ ਹੈਗਾ। ਜੀ ਉਸੇ ਦੇ ਨਾਲ ਆਪਾਂ ਦੁਬਾਰਾ ਉਸ ਸਵਾਲ ਤੇ ਜਾਵਾਂਗੇ। ਜਿਹੜੀ ਟੀਮ ਹੈਗੀ ਹੈ ਪਿੱਛੇ ਜਦੋਂ ਇੱਕ ਆਪਰੇਸ਼ਨ ਹੋ ਰਿਹਾ ਹੈ, ਭਾਵ ਕਿ ਜਦੋਂ ਰੋਬੋਟ ਪਰਫਾਰਮ ਕਰ ਰਿਹਾ ਹੈ ਆਪਣੀ ਸਾਰੀਆਂ ਚੀਜ਼ਾਂ ਜਿਹੜੀ ਹੈ ਤੁਹਾਡੇ ਹਦਾਇਤ ਦੇ ਅਨੁਸਾਰ ਕਰ ਰਿਹਾ, ਤੁਹਾਡੇ ਕੰਟਰੋਲ ਦੇ ਵਿੱਚ ਹੋ ਕੇ ਕਰ ਰਿਹਾ, ਉੱਥੇ ਕਿੰਨੇ ਮਤਲਬ ਨਰਸ ਸਟਾਫ ਜਾਂ ਬਾਕੀ ਡਾਕਟਰਸ ਦੀ ਟੀਮ ਜਿਹੜੀ ਹੈ ਉੱਥੇ ਅਵੇਲੇਬਲ ਹੁੰਦੀ ਹੈ? ਦੇਖੋ ਇੱਕ ਸਰਜਰੀ ਸੈਟਅਪ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਇੱਕ ਐਨਸਥੈਟਿਸਟ ਤੇ ਇੱਕ ਐਨਸਥੈਟਿਕ ਅਸਿਸਟੈਂਟ ਹਮੇਸ਼ਾ ਪ੍ਰੈਜ਼ੈਂਟ ਹੁੰਦੇ ਨੇ, ਜਿਹੜਾ ਕਿ ਐਨਸਥੀਜ਼ੀਆ ਪਾਰਟ ਤੱਕ ਕਿ ਪੇਸ਼ੈਂਟ ਨੂੰ ਦਰਦ ਨਾ ਹੋਵੇ, ਧੜ ਤੋਂ ਥੱਲੇ ਸੁੰਨ ਕਰਨਾ ਜਾਂ ਪੂਰਾ ਬੇਹੋਸ਼ ਕਰਨ ਵਾਲਾ ਐਨਸਥੀਜ਼ੀਆ ਹੈਗਾ, ਤਾਂ ਜਿਹੜਾ ਪੇਨ ਕੰਟਰੋਲ ਹੈਗਾ ਉਹ ਸਾਰਾ ਐਨਸਥੀਜ਼ੀਆ ਦਾ ਪਾਰਟ ਆ ਜਾਂਦਾ ਹੈ। ਓਪਰੇਸ਼ਨ ਤੋਂ ਬਾਅਦ 48 ਆਵਰਸ ਤੱਕ ਅਸੀਂ ਦਵਾਈ ਦੇ ਪਾਉਂਦੇ ਹਾਂ ਐਪੀਡਿਊਰਲ ਐਨਸਥੀਜ਼ੀਆ ਦੇ ਥਰੂ, ਜਿਹਦੇ ਨਾਲ ਕਿ ਪੇਸ਼ੈਂਟ ਬਾਅਦ ਦੇ ਵਿੱਚ ਵੀ ਸਰਜਰੀ ਤੋਂ ਬਾਅਦ ਤੁਰ ਫਿਰ ਵੀ ਪਾਵੇ ਅਤੇ ਦਰਦ ਤੋਂ ਵੀ ਜ਼ਿਆਦਾ ਤੰਗ ਨਾ ਹੋਵੇ। ਤਾਂ ਇੱਕ ਹੋ ਗਈ ਐਨਸਥੀਜ਼ੀਆ ਟੀਮ ਜਿਹੜੀ ਕਿ ਡਾਕਟਰ ਐਨਸਥੈਟਿਸਟ ਹੋ ਗਏ ਅਤੇ ਉਹਨਾਂ ਦਾ ਅਸਿਸਟੈਂਟ ਹੋ ਗਿਆ। ਉਸ ਤੋਂ ਬਾਅਦ ਆ ਗਈ ਜਿਹੜੀ ਸਕ੍ਰਬਿੰਗ ਟੀਮ ਹੈ, ਸਕ੍ਰਬਿੰਗ ਟੀਮਸ ਵੀ ਜਿਹੜੇ ਸਟਰਲਾਈਜ਼ ਤਰੀਕੇ ਨਾਲ ਵਾਸ਼ ਹੋ ਕੇ ਸਰਜਰੀ ਕਰਦੇ ਨੇ। ਤਾਂ ਇੱਕ ਟੀਮ ਆਫ 4 ਪੀਪਲ ਹੁੰਦੀ ਹੈ ਜਿਹੜੀ ਇਸ ਨੂੰ ਕਰਦੀ ਹੈ। ਉਹਦੇ ਵਿੱਚ ਸਾਰਾ ਜਿਵੇਂ ਕਹਿ ਲਓ ਨਾ ਇੱਕ ਫਲੋ ਇਸਟੈਬਲਿਸ਼ ਹੋਇਆ ਹੁੰਦਾ ਟੀਮ ਦੇ ਵਿੱਚ ਕਿ ਹਰ ਬੰਦੇ ਨੂੰ ਆਪਣੇ ਆਪਣੇ ਰੋਲਸ ਪਤਾ ਨੇ। ਰੋਬੋਟ ਦੀ ਡਰੇਪਿੰਗ, ਸਟਰਲਾਈਜ਼ ਡਰੇਪਿੰਗ ਜਿਹੜੀ ਪੇਸ਼ੈਂਟ ਦੀ ਹੈ ਉਹ ਸਾਰਾ ਕੁਝ ਕੀਤੀ ਜਾਂਦੀ ਹੈਗੀ ਹੈ। ਐਂਡ ਜਿਹੜੇ ਦੂਸਰੇ ਹੈਗੇ ਨੇ ਫਲੋਰ ਤੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਜਿਹੜਾ ਵੀ ਸਮਾਨ ਸਾਨੂੰ ਆਪਰੇਟ ਦੇ ਦੌਰਾਨ ਚਾਹੀਦਾ ਹੈਗਾ ਉਹਨਾਂ ਨੇ ਉਹ ਸਾਨੂੰ ਪ੍ਰੋਵਾਈਡ ਕਰਨਾ ਹੈ, ਗਲਵਸ ਖੋਲ ਲੈਣੇ ਜਾਂ ਰੋਬੋਟ ਨੂੰ ਮੂਵ ਕਰਨਾ ਹੈ। ਤੇ ਦੇਰ ਆਰ ਟੂ ਫਲੋਰ ਟੈਕਨੀਸ਼ੀਅਨਸ ਜਿਹੜੇ ਸਾਰੇ ਕਹਿ ਲਓ ਆਸ ਪਾਸ ਜਿਹੜੇ ਸਮਾਨ ਸਾਨੂੰ ਪ੍ਰੋਵਾਈਡ ਕਰ ਰਹੇ ਹੈਗੇ ਨੇ, ਤੇ ਦੇਰ ਇਜ਼ ਅ ਟੈਕਨੀਸ਼ੀਅਨ ਜਿਹੜਾ ਰੋਬੋਟ ਨੂੰ ਮੂਵ ਕਰ ਰਿਹਾ ਹੈਗਾ, ਰੋਬੋਟ ਨੂੰ ਚਲਾ ਰਿਹਾ ਹੈਗਾ ਤਾਂ ਕਿ ਉਹਦੇ ਵਿੱਚ ਜਿਹੜੀ ਜਿਹੜੀ ਇੰਸਟਰਕਸ਼ਨ ਅਸੀਂ ਦੇ ਰਹੇ ਹਾਂ ਉਸ ਨੂੰ ਉਸ ਤੇ ਇੰਪਲੀਮੈਂਟ ਕਰ ਰਿਹਾ। ਤਾਂ ਟੋਟਲ ਆਪਰੇਸ਼ਨ ਥੀਏਟਰ ਦੇ ਵਿੱਚ ਅਰਾਊਂਡ 8 to 9 ਪੀਪਲ ਆਲ ਦਾ ਟਾਈਮ ਹੁੰਦੇ ਨੇ ਜਿਹੜੇ ਕਿ ਇੱਕ ਸਮੂਥ ਰਨਿੰਗ ਦੇ ਲਈ ਜ਼ਰੂਰੀ ਹੁੰਦਾ। ਬਟ ਦਾ ਓਟੀ ਦਾ ਸੈਟਅਪ ਇੰਪੋਰਟੈਂਟ ਕੀ ਹੈਗਾ ਕਿ ਉਹਦੇ ਵਿੱਚ ਇੱਕ ਲੈਮੀਨਾਰ ਏਅਰ ਫਲੋ ਬਹੁਤ ਜ਼ਰੂਰੀ ਹੈ, ਹੈਪਾ ਫਿਲਟਰਸ ਬਹੁਤ ਜ਼ਰੂਰੀ ਨੇ ਜਿਹਦੇ ਵਿੱਚੋਂ ਕਿ ਜੋ ਵੀ ਸਾਰੀ ਹਵਾ ਆ ਰਹੀ ਹੈ ਉਹ ਫਿਲਟਰਸ ਦੇ ਥਰੂ 0.03 ਮਾਈਕਰੋਨਸ ਤੱਕ ਦੇ ਇੱਕ ਮਾਈਨਿਊਟ ਲੈਵਲ ਤੇ ਫਿਲਟਰ ਹੋ ਕੇ ਆਵੇ ਤਾਂ ਕਿ ਜਰਮਸ ਵਗੈਰਾ ਓਟੀ ਦੇ ਵਿੱਚ ਨਾ ਆਉਣ। ਸਾਰੀ ਜਿਹੜੀ ਓਟੀ ਦੀ ਕਹਿ ਲਓ ਨਾ ਪੇਂਟ ਹੈਗਾ, ਫਲੋਰਿੰਗ ਹੈਗੀ ਹੈ, ਉਹ ਸਾਰੀ ਐਂਟੀ ਬੈਕਟੀਰੀਅਲ, ਐਂਟੀ ਫੰਗਲ, ਐਂਟੀ ਸਟੈਟਿਕ ਹੋਣੀ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਇਨਫੈਕਸ਼ਨਸ ਦੇ ਰੇਟਸ ਨੂੰ ਮਿਨੀਮਮ ਰੱਖਿਆ ਜਾ ਸਕਦਾ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਓਟੀ ਆਪਾਂ ਜੁਆਇੰਟ ਰਿਪਲੇਸਮੈਂਟਸ ਲਈ ਵਰਤ ਰਹੇ ਹਾਂ, ਚੂਲੇ ਲਈ, ਗੋਡਾ ਵਗੈਰਾ ਲਈ ਵਰਤ ਰਹੇ ਹਾਂ, ਦੈਟ ਸ਼ੁੱਡ ਬੀ ਐਨ ਐਕਸਕਲੂਸਿਵ ਓਟੀ। ਉਹਦੇ ਵਿੱਚ ਹੋਰ ਕੋਈ ਵੀ ਓਪਰੇਸ਼ਨ ਨਹੀਂ ਹੋਣਾ ਚਾਹੀਦਾ ਤਾਂ ਕਿ ਕ੍ਰੋਸ ਇਨਫੈਕਸ਼ਨ ਨਾ ਹੋਵੇ, ਬਿਕੋਜ਼ ਇਟ ਇਜ਼ ਅ ਅਲਟਰਾ ਕਲੀਨ ਸਰਜਰੀ ਤੇ ਇਹਦੇ ਵਿੱਚ ਸਟਰਲਾਈਜੇਸ਼ਨ ਪ੍ਰੋਟੋਕੋਲਸ ਬੜੇ ਹੀ ਇੰਪੋਰਟੈਂਟ ਹੋ ਜਾਂਦੇ ਨੇ। ਜੀ ਇਸ ਦੇ ਨਾਲ ਹੀ ਮੈਂ ਜ਼ਰੂਰ ਅਗਲਾ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ACL ਜਿਹੜਾ ਬੜਾ ਕਾਮਨ ਇੱਕ ਪ੍ਰੋਬਲਮ ਹੈ ਨੀ ਦੀ, ਹੈ ਨਾ, ਇਹਦੇ 'ਚ ਮੇਰੇ ਖਿਆਲ ਨਾਲ ਸ਼ਾਇਦ ਕੁਝ ਟਿਸ਼ੂ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਕੁਝ ਗੜਬੜ ਹੁੰਦੀ ਹੈ, ਇਹ ਮੈਂ ਚਾਹੂੰਗੀ ਕਿ ਜੇ ਤੁਸੀਂ ਡਿਟੇਲ 'ਚ ਦੱਸ ਪਾਓ। ਜੀ ਬਿਲਕੁਲ, ਇਹ ਵੀ ਇੱਕ ਬੜੀ ਕਾਮਨ ਸਰਜਰੀ ਹੈ ਜਿਹੜੀ ਅਸੀਂ ਕਹਿ ਲਓ ਨਾ ਪਰਫਾਰਮ ਕਰਦੇ ਹੈਗੇ ਹਾਂ। ਇਹ ਆ ਜਾਂਦੀ ਹੈਗੀ ਸਪੋਰਟਸ ਮੈਡੀਸਿਨ ਦੇ ਅੰਡਰ। ਜੀ ਸਪੋਰਟਸ ਮੈਡੀਸਿਨ ਦੇ ਵਿੱਚ ਕੀ ਹੈ ਕਿ ਇਹ ਮੋਸਟਲੀ ਹੈਗੇ ਖਿਡਾਰੂ ਸੱਟਾਂ, ਜਿਵੇਂ ਆਪਾਂ ਫੁੱਟਬਾਲ ਖੇਡੀਏ ਆਪਣੇ ਮੈਂ ਪੰਜਾਬ। ਦਰਅਸਲ ਇਸ ਲਈ ਪੁੱਛ ਰਹੀ ਸੀ ਕਿਉਂਕਿ ਜੇ ਤੁਹਾਨੂੰ ਪਤਾ ਹੋਵੇ ਕਿਸਾਨ ਅੰਦੋਲਨ ਜਿਵੇਂ ਚੱਲ ਰਿਹਾ ਤਾਂ ਉਹਦੇ 'ਚ ਪ੍ਰਸ਼ਾਸਨ ਦੇ ਵੱਲੋਂ ਵੀ ਲਾਠੀ ਚਾਰਜ ਵਗੈਰਾ ਜਾਂ ਡੰਡੇ ਡੁੰਡੇ ਮਾਰੇ ਜਾਂਦੇ ਨੇ, ਤਾਂ ਮਤਲਬ ਜਾਂ ਵੈਸੇ ਵੀ ਜੇ ਕੋਈ ਮੰਨ ਲਓ ਕਿ ਬਾਹਰੀ ਸੱਟ ਵੱਜਦੀ ਹੈ, ਹੈ ਨਾ, ਗੋਡੇ ਦੇ ਉੱਤੇ, ਫਿਰ ਉਹ ਅੰਦਰ ਨੀ ਦੇ ਵੱਲ ਨੂੰ ਜਾਂਦੀ ਹੈ, ਤਾਂ ਉਹ ਤੋਂ ਬਚਣਾ ਜਾਂ ਉਹਦਾ ਟ੍ਰੀਟਮੈਂਟ ਕਿੱਦਾਂ ਜਲਦੀ ਤੋਂ ਜਲਦੀ ਜਿਹੜਾ ਲੈਣਾ? ਬਿਲਕੁਲ, ਇਹਦੇ ਵਿੱਚ ਦੇਖੋ 2 ਤਰ੍ਹਾਂ ਦੀਆਂ ਸੱਟਾਂ ਹੋ ਜਾਂਦੀਆਂ, ਇਹਨਾਂ ਨੂੰ ਆਪਾਂ ਖਿਡਾਰੂ ਸੱਟਾਂ ਕਹਿ ਲੈਂਦੇ ਹਾਂ। ਉਹਦੇ ਵਿੱਚ ਮੇਜਰ 2 ਚੀਜ਼ਾਂ ਮੋਸਟਲੀ ਟੁੱਟਦੀਆਂ ਹੈਗੀਆਂ। ਇੱਕ ਤਾਂ ਹੈਗਾ ਜਿਹੜਾ ACL ਲਿਗਾਮੈਂਟ ਜਿਹੜਾ ਗੋਡੇ ਨੂੰ ਲਚਕ ਤੋਂ ਬਚਾਉਂਦਾ ਹੈਗਾ ਕਿ ਗੋਡਾ ਅੱਗੇ ਪਿੱਛੇ ਸਲਿਪ ਨਾ ਹੋਵੇ। ਦੂਸਰੇ ਆ ਜਾਂਦੇ ਨੇ ਬੁਸ਼ਿਸ, ਜਿਹਨਾਂ ਨੂੰ ਆਪਾਂ ਮਿਨਿਸਕਸ ਕਹਿੰਦੇ ਹਾਂ ਟੈਕਨੀਕਲੀ, ਬਟ ਉਹ ਆਪਾਂ ਪੰਜਾਬੀ ਭਾਸ਼ਾ 'ਚ ਉਹਨਾਂ ਨੂੰ ਬੁਸ਼ ਕਹਿ ਦਿੰਦੇ ਹਾਂ। ਤਾਂ ਜਦੋਂ ਗੋਡਾ ਇਸ ਤਰੀਕੇ ਨਾਲ ਟਵਿਸਟ ਕਰਦਾ ਤਾਂ ਜਿਹੜੇ ਵਿੱਚੋਂ ਦੀ ਬੁਸ਼ਿਸ ਨੇ ਵਿੱਚੋਂ ਦੀ ਕਈ ਵਾਰ ਕਰਸ਼ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮਿਨਿਸਕਸ ਟੀਅਰ ਹੋ ਗਿਆ, ਝਿੱਲੀ ਫਟ ਗਈ। ਤਾਂ ਇਹਨਾਂ ਦੇ ਵਿੱਚ 2 ਇਲਾਜ ਨੇ ਇਹਨਾਂ ਦਾ ਮੋਸਟਲੀ, ਜਿਹੜੇ ਤਾਂ ਮਾਈਨਰ ਟੀਅਰਸ ਹੈਗੇ ਨੇ ਜਿਵੇਂ ਮਿਨਿਸਕਸ ਦੇ ਗ੍ਰੇਡ 1, ਗ੍ਰੇਡ 2 ਏ ਤੱਕ, ਉਹ ਵਾਲੇ ਤਾਂ ਆਪਣੇ ਆਪ ਰੈਸਟ ਦੇ ਨਾਲ ਹੀ ਭਰ ਜਾਂਦੇ ਹੈਗੇ ਨੇ। ਜਿਹੜਾ ACL ਦਾ ਪਾਰਸ਼ਲ ਟੀਅਰ ਹੈਗਾ ਉਹ ਵੀ ਆਪਣੇ ਆਪ ਟਾਈਮ ਦੇ ਨਾਲ ਹੀਲ ਕਰ ਜਾਂਦਾ, ਬਟ ਜਦੋਂ ਕੰਪਲੀਟ ACL ਟੀਅਰ ਹੋ ਗਿਆ ਉਸ ਦੇ ਵਿੱਚ ਆਪਾਂ ਨੂੰ ਪੇਸ਼ੈਂਟ ਨੂੰ ਸਿੰਪਟਮਸ ਕੀ ਆਉਂਦੇ ਨੇ, ਇੱਕ ਤਾਂ ਗੋਡਾ ਲਚਕ ਮਾਰਨ ਲੱਗ ਜਾਂਦਾ ਜਦੋਂ ਵੀ ਆਪਾਂ ਤੁਰਦੇ ਫਿਰਦੇ ਇੱਕਦਮ ਡਾਇਰੈਕਸ਼ਨ ਚੇਂਜ ਕਰਦੇ ਹਾਂ, ਰੈਂਪ ਤੇ ਉੱਪਰ ਥੱਲੇ ਚੜ੍ਹਦੇ ਹਾਂ, ਪੌੜੀ ਚੜ੍ਹਦੇ ਉਤਰਦੇ ਹਾਂ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਇਹ ACL ਸਿਮਟੋਮੈਟਿਕ ਆਉਂਦਾ ਕਿ ਗੋਡਾ ਲਚਕ ਮਾਰ ਕੇ ਤੁਹਾਨੂੰ ਐਂ ਲੱਗਦਾ ਜਿਵੇਂ ਗੋਡਾ ਨਿਕਲ ਜਾਏਗਾ, ਇਨਸਟੇਬਿਲਿਟੀ, ਤਾਂ ਬੰਦਾ ਆਪਣੇ ਗੋਡੇ ਦੇ ਵਿੱਚ ਕੌਨਫੀਡੈਂਸ ਖੋ ਬੈਠਦਾ।
ਤਾਂ ਇਹਨਾਂ ਦੇ ਵਿੱਚ ਆਪਾਂ ਨੂੰ ਮੋਸਟਲੀ ਫਿਰ ਇੱਕ ACL ਰੀਕਨਸਟਰਕਸ਼ਨ ਕਰਨੀ ਪੈਂਦੀ ਹੈ ਬਾਡੀ ਦੇ ਵਿੱਚ ਹੀ, ਜਿਹੜੇ ਇੱਕ ਹੈਮਸਟ੍ਰਿੰਗ ਟੈਂਡਨਸ ਨੇ ਜਾਂ ਇੱਕ ਪਟੈਲਰ ਟੈਂਡਨ ਤੋਂ ਆਪਾਂ ਵਿੱਚੋਂ ਟੈਂਡਨ ਲੈ ਕੇ ਉਹਨੂੰ ਇੱਕ ACL ਦੀ ਤਰ੍ਹਾਂ ਦੁਬਾਰਾ ਰੀਫਾਰਮ ਕਰਦੇ ਹਾਂ, ਅਤੇ ਸਾਰਾ ਕੁਝ ਦੂਰਬੀਨ ਰਾਹੀਂ ਕੀਤਾ ਜਾਂਦਾ ਤਾਂ ਕਿ ਜ਼ਿਆਦਾ ਗੋਡੇ ਨੂੰ ਖੋਲ੍ਹਣਾ ਨਾ ਪਵੇ। ਇਹਦੇ ਵਿੱਚ ਕੋਈ ਜ਼ਿਆਦਾ ਬੈਡ ਰੈਸਟ ਨਹੀਂ ਹੈ, ਵਿਦਇਨ 1 ਮੰਥ ਪੇਸ਼ੈਂਟ ਆਪਣੇ ਦੁਬਾਰਾ ਤੁਰਨ ਫਿਰਨ ਵਧੀਆ ਲੱਗ ਜਾਂਦੇ ਨੇ, ਨੀ ਬੈਂਡਿੰਗ ਕਰਨ ਲੱਗ ਜਾਂਦੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਰੀਹੈਬ ਪ੍ਰੋਟੋਕੋਲ, ਜਿਵੇਂ ਕਹਿ ਲਓ ਨਾ ਇੱਕ ਐਥਲੀਟ ਦੀ ਰੀਹੈਬ ਹੁੰਦੀ ਹੈ ਐਕਸਰਸਾਈਜ਼ ਪ੍ਰੋਟੋਕੋਲ 'ਤੇ ਪਾਇਆ ਜਾਂਦਾ, ਅਤੇ ਅਰਾਊਂਡ 9 ਮੰਥਸ ਟੂ 12 ਮੰਥਸ ਦੇ ਵਿੱਚ ਐਕਟਿਵਲੀ ਜਿਹੜੇ ਸਪੋਰਟਸ ਪਰਸਨ ਨੇ ਦੁਬਾਰਾ ਖੇਡਣ ਲੱਗ ਸਕਦੇ ਹੈਗੇ ਨੇ। ਅਤੇ ਜੇ ਸਿਰਫ ਉਹਨਾਂ ਨੂੰ ਮਿਨਿਸਕਸ ਟੀਅਰ ਹੈ, ਜਿਹੜੀ ਝਿੱਲੀ ਫਟੀ ਹੈਗੀ ਹੈ, ਬੁਸ਼ ਫਟਿਆ, ਉਸਦੀ ਜੇ ਤਾਂ ਅਰਲੀ ਸਟੇਜ 'ਤੇ ਹੈਗਾ ਅਤੇ ਇੱਕ ਵਾਈਟਲ ਏਰੀਆ ਦੇ ਵਿੱਚ ਉਹ ਫਟਿਆ ਹੈਗਾ ਤਾਂ ਉਸਨੂੰ ਦੁਬਾਰਾ ਰਿਪੇਅਰ ਕੀਤਾ ਜਾ ਸਕਦਾ, ਜਾਂ ਫਿਰ ਜੇ ਉਹ ਪੈਰੀਫਰਲ ਟੀਅਰ ਹੈਗਾ ਤਾਂ ਉਸਨੂੰ ਸਾਫ਼ ਕਰਕੇ ਗੋਡੇ ਨੂੰ ਦੁਬਾਰਾ ਤੋਂ ਪੇਨ ਫਰੀ ਕੀਤਾ ਜਾ ਸਕਦਾ। ਮਿਨਿਸਕਸ ਟੀਅਰ ਦੇ ਵਿੱਚ ਕਦੀ ਕਦੀ ਲੋਕਿੰਗ ਦੇ ਸਿਮਟਮ ਆਉਂਦੇ ਕਿ ਗੋਡਾ ਪੂਰਾ ਸਿੱਧਾ ਨਹੀਂ ਹੁੰਦਾ, ਪੂਰਾ ਮੁੜਦਾ ਨਹੀਂ, ਕਈ ਵਾਰੀ ਇੱਕ ਥਾਂ 'ਤੇ ਅੜ ਜਾਂਦਾ ਹੈਗਾ, ਅਤੇ ਉਹਦੇ ਵਿੱਚ ਆਪਾਂ ਨੂੰ ਫਿਰ ਇਮੀਡੀਏਟਲੀ ਦੂਰਬੀਨ ਰਾਹੀਂ ਉਸ ਮਿਨਿਸਕਸ ਦੀ ਸਫਾਈ ਕਰਨੀ ਪੈਂਦੀ ਹੈ ਜਾਂ ਉਸਦੀ ਰਿਪੇਅਰ ਕਰਨੀ ਪੈਂਦੀ ਹੈ। ਤਾਂ ਇਹਦੇ ਵੀ ਕਾਫ਼ੀ ਅੱਛੇ ਰਿਜ਼ਲਟਸ ਨੇ, ਅਤੇ ਲੋਕ ਆਪਣੇ ਕਹਿ ਲਓ ਨਾ ਡੇਲੀ ਦੇ ਕੰਮਾਂ ਕਾਜਾਂ 'ਤੇ ਜਲਦੀ ਪਹੁੰਚ ਜਾਂਦੇ ਨੇ। ਬਟ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਿ ਕਈ ਵਾਰੀ ਇਹ ਨਿਗਲੈਕਟ ਵੀ ਕੀਤਾ ਜਾਂਦਾ, ਕਿਉਂਕਿ ACL ਟੀਅਰ ਮੋਸਟਲੀ ਪੇਨਫੁਲ ਨਹੀਂ ਹੁੰਦਾ, ਤਾਂ ਲੋਕ ਕਈ ਵਾਰ ਤਾਂ ਇਹਨੂੰ ਨਿਗਲੈਕਟ ਕਰ ਦਿੰਦੇ ਨੇ। ਬਟ ਕਹਿ ਲਓ ਨਾ ਜੇ ਤਾਂ ਸੀਡੈਂਟਰੀ ਲਾਈਫ ਸਟਾਈਲ ਹੈ, ਮੀਨਸ ਬੈਠ ਕੇ ਆਪਾਂ ਕੰਮ ਕਰਨਾ ਹੈ, ਫਿਰ ACL ਦੀ ਇੰਨੀ ਲੋੜ ਨਹੀਂ ਪੈਂਦੀ, ਬਿਕੋਜ਼ ਨੋਰਮਲ ਤੁਰਨ ਫਿਰਨ ਦੇ ਵਿੱਚ ACL ਬੋਡੀ ਦਾ ਯੂਜ਼ ਨਹੀਂ ਹੁੰਦਾ, ਉਹਦਾ ਰੋਲ ਆਉਂਦਾ ਜੇ ਆਪਾਂ ਕੋਈ ਭੱਜ ਦੌੜ ਵਾਲੇ ਕੰਮ ਕਰਨੇ ਨੇ, ਰਨਿੰਗ ਕਰਨੀ ਹੈਗੀ ਹੈ, ਜਾਂ ਕੋਈ ਆਪਾਂ ਕੰਟੈਕਟ ਸਪੋਰਟਸ ਖੇਡਣੀ ਹੈ, ਦੈਨ ਇਜ਼ ਵੈਨ ਆਪਾਂ ਨੂੰ ACL ਰੀਕੰਸਟਰਕਸ਼ਨ ਕਰਵਾਉਣੀ ਚਾਹੀਦੀ ਹੈਗੀ ਹੈ। ਬਹੁਤ ਜ਼ਿਆਦਾ ਡਿਲੇਅ ਕਰਨ ਨਾਲ ਕੀ ਪ੍ਰੋਬਲਮ ਆ ਜਾਂਦੀ ਹੈ ਕਿ ਜੇ ਆਪਣਾ ਬਾਰ ਬਾਰ ਗੋਡਾ ਲਚਕਦਾ ਜਾ ਰਿਹਾ ਤਾਂ ਉਹਦੀ ਕਾਰਟਿਲੇਜ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜਿਹੜਾ ਆਰਥਰਾਈਟਿਸ ਕਈ ਵਾਰ 60-65-70 ਰੁਪਏ ਆਉਣਾ ਹੈ ਉਹ 40-45 'ਤੇ ਆ ਸਕਦਾ ਹੈ। ਤਾਂ ਜੇ ਤੁਹਾਨੂੰ ਬਾਰ ਬਾਰ ਅੰਦਰ ਗੋਡੋ ਲਚਕ ਮਾਰ ਰਿਹਾ ਹੈਗਾ, ਤੁਹਾਨੂੰ ਇਨਸਟੇਬਿਲਿਟੀ ਫੀਲ ਹੋ ਰਹੀ ਹੈ, ਗੋਡੇ 'ਚ ਕੌਨਫੀਡੈਂਸ ਨਹੀਂ ਆ ਰਿਹਾ, ਤਾਂ ਦੂਰਬੀਨ ਨਾਲ ਆਪਣਾ ਨਵਾਂ ਲਿਗਾਮੈਂਟ ਆਪਾਂ ਪਵਾ ਸਕਦੇ ਹਾਂ। ਜੀ, ਇਸ ਦੇ ਨਾਲ ਹੀ ਇੱਕ ਹੋਰ ਕਾਮਨ ਪ੍ਰੋਬਲਮ ਹੈ ਜਿਸ ਨੂੰ ਆਪਾਂ ਮੇਬੀ ਟੋਨ ਕ੍ਰੈਟਲੀਗ ਸ਼ਾਇਦ ਉਹਦਾ ਨਾਮ ਹੈਗਾ, ਮਤਲਬ ਉਹਦੇ 'ਚ ਗੋਡਾ ਇੱਧਰ ਉੱਧਰ ਨੂੰ ਲੱਗਦਾ ਕਿ ਸ਼ਾਇਦ ਤੁਹਾਡਾ ਜਿਹੜਾ ਗੋਡਾ ਨਹੀਂ ਜਾ ਰਿਹਾ ਅੰਦਰੋਂ ਦੀ ਸਟਰਕਚਰ ਜਿਹੜਾ। ਮੈਨੂੰ ਐਗਜ਼ੈਕਟਲੀ ਟੋਨ ਕਾਰਟਿਲੇਜ ਦੀ ਗੱਲ ਜੀ ਟੋਨ ਕਾਰਟਿਲੇਜ ਤੇ ਕੋਈ ਹੈ, ਜਦੋਂ ਆਪਾਂ ACL ਦੀ ਇਨਸਟੇਬਿਲਿਟੀ ਦੀ ਗੱਲ ਕੀਤੀ ਹੈ ਨਾ, ਉਹਦੇ ਵਿੱਚ ਕੀ ਹੈ ਕਿ ਬਾਰ ਬਾਰ ਗੋਡੇ ਨੂੰ ਝਟਕਾ ਲੱਗ ਰਿਹਾ ਤਾਂ ਉਹ ਕਾਰਟਿਲੇਜ ਨੂੰ ਹੀ ਡੈਮੇਜ ਕਰ ਰਿਹਾ ਹੈਗਾ। ਜਿਹੜੀ ਹੋਰ ਕਾਮਨ ਪ੍ਰੋਬਲਮ ਹੈਗੀ ਹੈ ਦੈਟ ਇਜ਼ ਕੋਂਡਰੋਮਲੇਸ਼ੀਆ ਪਟੇਲਾ, ਉਹਦੇ ਵਿੱਚ ਕੀ ਹੈ ਕਿ ਉਹਨੂੰ ਰਨਰਸ ਨਹੀਂ ਕਹਿੰਦੇ ਆਪਾਂ, ਇਹ ਗੋਡੇ ਦੀ ਜਿਹੜੀ ਚਪਨੀ ਹੈ ਉਹਦੇ ਹੇਠਲੇ ਪਾਸੇ ਲੋਕਾਂ ਨੂੰ ਦਰਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਮੋਸਟਲੀ 30-40 ਸਾਲ ਦੀ ਉਮਰ ਦੇ ਵਿੱਚ ਮੋਸਟ ਕਾਮਨਲੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਬਾਹਰਲਿਆਂ ਦੇ ਵਿੱਚ ਵੀ ਬਹੁਤ ਕਾਮਨ ਹੈ, ਬਿਕੋਜ਼ ਜ਼ਿਆਦਾ ਜਿਹੜੇ ਪੌੜੀਆਂ ਚੜ੍ਹ ਰਹੇ ਨੇ ਉਹਨਾਂ ਦੇ ਵਿੱਚ ਇਹ ਵਾਲੇ ਸਿਮਟਮ ਜ਼ਿਆਦਾ ਆਉਣ ਲੱਗ ਜਾਂਦੇ ਨੇ। ਗੋਡੇ ਦੇ ਆਰਥਰਾਈਟਿਸ ਨਾਲ ਉਹ ਡਿਫਰੈਂਟ ਇਸ ਤਰੀਕੇ ਨਾਲ ਹੈ ਕਿ ਕਿਓਰ ਹੋ ਜਾਂਦਾ, ਬਿਕੋਜ਼ ਜਿਹੜਾ ਚਪਨੀ ਵਾਲਾ ਜੁਆਇੰਟ ਹੈਗਾ ਉਹ ਇੱਕ ਵੇਟ ਬੇਰਿੰਗ ਜੁਆਇੰਟ ਨਹੀਂ ਹੈ, ਤਾਂ ਇਹਨੂੰ ਪ੍ਰੋਪਰ ਰੈਸਟ ਦੇ ਲਈਏ, ਅੱਛੇ ਕਾਟਲੇ ਦੇ ਸਪਲੀਮੈਂਟਸ ਲੈ ਲਈਏ, ਜਾਂ ਹੱਥ ਗੋਡੇ ਦੇ ਵਿੱਚ ਹਾਇਲੁਰੋਨਿਕ ਐਸਿਡ ਦਾ ਜੇ ਇੰਜੈਕਸ਼ਨ ਲਗਾ ਲੈਂਦੇ ਹਾਂ ਤਾਂ ਇਹ ਵਾਲੀ ਪ੍ਰੋਬਲਮ ਉਹਦੀ ਦੂਰ ਹੋ ਸਕਦੀ ਹੈਗੀ ਹੈ। ਜੀ, ਇਹ ਇੱਕ ਵਾਰ ਉਹ ਆਫਰ ਜ਼ਰੂਰ ਦੁਬਾਰਾ ਦੱਸ ਦਿਓ ਦਰਸ਼ਕਾਂ ਨੂੰ, ਜਿਹੜਾ ਆਫਰ ਜਿਹੜਾ 1.5 ਮਹੀਨੇ ਵਾਲਾ ਹੈਗਾ ਉਹ ਤੋਂ ਬਾਅਦ ਕਿੰਨੇ ਟਾਈਮ ਤੱਕ ਲਾਗੂ ਰਹੇਗਾ? ਮੰਨ ਲਓ ਕਿ ਕੋਈ ਬੰਦਾ ਤੁਹਾਡੇ ਕੋਲ ਮਾਰਚ ਟੱਪਣ ਤੋਂ ਬਾਅਦ ਆ ਰਿਹਾ, ਉਹ ਕਹੇ ਵੀ ਹੈ ਮੈਂ ਵੀ ਕੈਂਪ ਦੇ ਵਿੱਚ ਲੈਣਾ ਸੀਗਾ ਪਰ ਫਿਰ ਉਹ ਰਹਿ ਗਿਆ। ਦੇਖੋ ਇਹਦੇ ਵਿੱਚ ਕੀ ਹੈ ਕਿ ਕੈਂਪ ਤਾਂ 15 ਫਰਵਰੀ ਤੋਂ 31 ਮਾਰਚ ਤੱਕ ਚੱਲ ਰਿਹਾ, ਬਿਕੋਜ਼ ਇਸ ਟਾਈਮ ਤੇ ਸਾਨੂੰ ਜਿਹੜੀ ਜੁਆਇੰਟ ਇੰਪਲਾਂਟਸ ਵਾਲੀ ਕੰਪਨੀ ਹੈ ਨਾ ਉਹਨਾਂ ਦਾ ਈਅਰ ਕਲੋਜ਼ਿੰਗ ਹੁੰਦੀ ਹੈ ਤਾਂ ਉਹ ਸਾਨੂੰ ਸਪੈਸ਼ਲ ਆਫਰਸ ਦਿੰਦੇ ਨੇ, ਕੁਛ ਨਾ ਕੋਈ ਡਿਸਕਾਊਂਟ ਦਿੰਦੇ ਨੇ ਤਾਂ ਕਿ ਅਸੀਂ ਪੇਸ਼ੈਂਟਸ ਨੂੰ ਪਾਸ ਔਨ ਕਰ ਸਕੀਏ। ਤਾਂ ਕੁਛ ਉਹਨਾਂ ਵੱਲੋਂ ਐਫਰਟ ਹੁੰਦਾ ਹੈਗਾ, ਕੁਛ ਸਾਡੇ ਆਪਣੇ ਪਰਸਨਲ ਹੋਸਪਿਟਲ ਵੱਲੋਂ ਵੀ ਐਫਰਟ ਹੁੰਦਾ। ਤਾਂ ਦੋ ਆਪਸ਼ਨ ਜਿਵੇਂ ਤੁਹਾਨੂੰ ਪਹਿਲੇ ਦੱਸਿਆ, ਜਾਂ ਤਾਂ ਇਸ ਦੌਰਾਨ ਆਪਾਂ ਕਰਵਾ ਸਕਦੇ ਹੈਗੇ, ਜੇ ਕੋਈ ਬਾਹਰ ਵੀ ਬੈਠਾ ਹੈਗਾ ਤਾਂ ਉਹ ਕਹਿ ਲਓ ਨਾ ਬੈਂਕ ਟ੍ਰਾਂਸਫਰ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਜੇ ਬਾਈ ਚਾਂਸ ਉਹਨਾਂ ਨੂੰ ਆਉਣ ਦੇ ਵਿੱਚ ਦੇਰੀ ਹੋ ਰਹੀ ਹੈ। ਤਾਂ ਜੇ 31 ਮਾਰਚ ਤੱਕ ਆਪਾਂ ਬੁਕਿੰਗ ਕਰ ਲਈ ਤਾਂ ਆਪਣਾ 30th September ਤੱਕ ਆਪਾਂ ਇਸੇ ਕੈਂਪ ਦੇ ਵਿੱਚ ਆਪਾਂ ਇਸੇ ਰੇਟ 'ਤੇ ਕਰਾ ਪਾਵਾਂਗੇ, ਜਿਹਦੇ ਵਿੱਚ ਕਿ ਆਪਾਂ ਜੇ ਇੰਪੋਰਟਡ ਨੀਡਸ ਦੀ ਗੱਲ ਕਰੀਏ ਤਾਂ ਦੋਨੋਂ ਇੰਪੋਰਟਡ ਨੀਡਸ ਆਪਣੇ ਅਪਰੋਕਸੀਮੇਟਲੀ 2.5 ਲੱਖ ਦੇ ਵਿੱਚ ਅਸੀਂ ਕਰ ਪਾਵਾਂਗੇ ਮੈਨੂਅਲ ਟੈਕਨੀਕ ਦੇ ਨਾਲ। ਅਤੇ ਜੇ ਆਪਾਂ ਗੋਲਡ ਨੀਸ ਦੀ ਗੱਲ ਕਰੀਏ ਤਾਂ ਨੋਰਮਲੀ ਉਹ ਅਪਰੋਕਸੀਮੇਟਲੀ 360 ਦੀ ਰੇਂਜ ਦੇ ਵਿੱਚ ਦੋਨਾਂ ਦਾ ਹੋ ਜਾਂਦਾ, ਤਾਂ ਉਹ ਵੀ ਆਪਣਾ ਕਹਿ ਲਓ 1.25-3 ਲੱਖ ਦੇ ਵਿੱਚ ਜਿਹੜੇ ਲੰਬੇ ਚੱਲਣ ਵਾਲੇ 30-35 ਸਾਲ ਚੱਲਣ ਵਾਲੇ ਗੋਲਡ ਨੀਸ ਵੀ ਆਪਾਂ ਕਰ ਪਾਵਾਂਗੇ। ਐਂਡ ਜੋ ਵੀ ਇਹ ਪ੍ਰਾਈਸ ਆਪਾਂ ਦੱਸ ਰਹੇ ਹਾਂ ਦਿਸ ਇਜ਼ ਅ ਕੰਪਲੀਟ ਪੈਕੇਜ, ਜਿਸ ਦੇ ਵਿੱਚ ਉਹਨਾਂ ਦਾ ਪ੍ਰਾਈਵੇਟ ਰੂਮ, ਸਾਰਾ ਉਹਨਾਂ ਦਾ ਦਵਾਈਆਂ ਦਾ ਖਰਚਾ, ਬਲੱਡ ਟੈਸਟ ਦਾ ਖਰਚਾ,
ਉਹਨਾਂ ਦੀ ਡਾਇਟ, ਫਿਜ਼ੀਓਥੈਰੇਪੀ ਸਾਰਾ ਕੁਝ ਇਹਦੇ ਨਹੀਂ ਵਿੱਚ ਡਾਕਟਰ ਹੀ। ਸਾਹਿਬ ਇਹ 'ਚ ਤੁਹਾਨੂੰ ਫਾਇਦਾ ਹੁੰਦਾ, ਤੁਸੀਂ ਤਾਂ ਲੋਕਾਂ ਦਾ ਭਲਾ ਕਰਨ ਲੱਗੇ ਹੋਏ ਹੋ। ਐਟ ਦਿਸ ਸਟੇਜ ਆਫ ਦਾ ਕਹਿ ਲਓ ਨਾ ਲਾਈਫ, ਆਪਾਂ ਨੂੰ ਉਹ ਹੈ ਨਾ ਸੁਸਾਇਟੀ ਤੋਂ ਜਦੋਂ ਇੰਨਾ ਮਿਲਦਾ ਹੈਗਾ ਤਾਂ ਵੀ ਆਲਵੇਜ਼ ਵਾਂਟ ਕੇ ਕੁਛ ਨਾ ਕੁਛ ਵਾਪਿਸ ਵੀ ਸੁਸਾਇਟੀ ਨੂੰ ਦੇਈਏ। ਤਾਂ ਬਾਕੀ ਸਾਰੇ ਕਹਿ ਲਓ ਨਾ ਸਾਲ ਦੇ ਵਿੱਚ ਜਿਹੜੇ 10 ਮਹੀਨੇ ਨੇ ਅਸੀਂ ਆਪਣੇ ਲਈ ਕੰਮ ਕਰ ਰਹੇ ਹਾਂ, ਤਾਂ ਇਸ ਟਾਈਮ 'ਤੇ ਜੇ ਅਸੀਂ ਕਹਿ ਲਓ ਨਾ ਦਸਵੰਧ ਕੱਢਦੇ ਹੈਗੇ ਹਾਂ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਸਾਨੂੰ ਵੀ ਇੰਜੋਏ ਕਿ ਹਾਂਜੀ ਜ਼ਿਆਦਾ ਤੋਂ ਜ਼ਿਆਦਾ ਲੋਕ ਇਸਦਾ ਫਾਇਦਾ ਉਠਾ ਪਾ ਰਹੇ ਨੇ, ਐਡਵਾਂਸ ਟੈਕਨੋਲੋਜੀ ਦਾ ਵੀ ਫਾਇਦਾ ਉਠਾ ਪਾ ਰਹੇ ਨੇ, ਅਤੇ ਜਿਹੜੀਆਂ ਦੁਆਵਾਂ ਮਿਲਦੀਆਂ ਨੇ ਉਹ ਤਾਂ ਦੇਖੋ ਨਾਲ ਫ੍ਰੀ 'ਚ ਹੀ ਮਿਲ ਰਹੀਆਂ ਨੇ ਨਾ, ਤਾਂ ਉਹਨਾਂ ਦਾ ਤਾਂ ਕੋਈ ਮੁੱਲ ਹੈ ਹੀ ਨਹੀਂ। ਤਾਂ ਡਾਕਟਰੀ ਇੱਕ ਇਕਲੌਤਾ ਪੇਸ਼ਾ ਹੈਗਾ ਜਿਹਦੇ ਵਿੱਚ ਤੁਹਾਨੂੰ ਰੱਬ ਦੇ ਬਰਾਬਰ ਦਾ ਦਰਜਾ ਦੇ ਦਿੱਤਾ ਜਾਂਦਾ ਜਿਸ 'ਚ ਤੁਹਾਨੂੰ ਮੇਵਾ ਤਾਂ ਮਿਲ ਹੀ ਰਿਹਾ ਹੈਗਾ ਅਤੇ ਨਾਲ ਸੇਵਾ ਵੀ ਤੁਹਾਨੂੰ ਕਰਨ ਦਾ ਪ੍ਰੋਪਰ ਮੌਕਾ ਮਿਲ ਰਿਹਾ। ਐਂਡ ਜਿਹੜੀ ਰਿਲੀਫ ਹੈ ਨਾ ਜੀ, ਜਦੋਂ ਪੇਸ਼ੈਂਟ ਵੀਲ ਚੇਅਰ 'ਤੇ ਆ ਰਿਹਾ ਹੈਗਾ, ਟੇਢੀਆਂ ਲੱਤਾਂ ਦੇ ਨਾਲ ਆ ਰਿਹਾ ਹੈਗਾ, ਤੁਰ ਨਹੀਂ ਪਾ ਰਿਹਾ ਹੈਗਾ, ਆਪਣੀ ਜ਼ਿੰਦਗੀ ਨੂੰ ਕੋਸ ਰਿਹਾ ਹੈ, ਅਤੇ ਜਦੋਂ 4 ਦਿਨਾਂ ਬਾਅਦ ਹੀ ਉਹ ਬਿਨਾਂ ਵੋਕਰ ਬਿਨਾਂ ਸਟਿੱਕ ਤੋਂ ਤੁਰਦਾ ਹੋਇਆ ਲੱਤਾਂ ਸਿੱਧੀਆਂ ਕਰਕੇ ਜਾਂਦਾ ਹੈ, ਅਤੇ ਜਿਹੜੀ ਉਹਨਾਂ ਦੇ ਦਿਲੋਂ ਇੱਕ ਸੱਚੀ ਅਸੀਸ ਮਿਲਦੀ ਹੈਗੀ ਹੈ ਨਾ, ਤਾਂ ਆਈ ਥਿੰਕ ਉਹ ਕਿਸੇ ਵੀ ਤਰ੍ਹਾਂ ਦਾ ਪੈਸਾ ਉਸਨੂੰ ਕਹਿ ਲਓ ਨਾ ਰਿਪਲੇਸ ਨਹੀਂ ਕਰ ਸਕਦਾ। ਤਾਂ ਕਹਿ ਲਓ ਨਾ ਉਹੀ ਹੈ, ਬਾਕੀ ਸਾਡੇ ਕੋਲ ਅਦਾਰੇ ਨਰਸਿੰਗ ਕਾਲਜ ਹੈਗੇ ਨੇ, ਵੀ ਹੈਵ ਅ ਫਾਰਮੇਸੀ ਕਾਲਜ, ਤਾਂ ਉਹਨਾਂ ਦੇ ਵਿੱਚੋਂ ਐਜੂਕੇਸ਼ਨ ਦੇ ਵਿੱਚ ਨਾਲ ਕਹਿ ਲਓ ਨਾ ਐਜੂਕੇਸ਼ਨ ਹੋ ਰਹੀ ਹੈ ਅਤੇ ਅਰਨਿੰਗ ਹੋ ਰਹੀ ਹੈ। ਤਾਂ ਆਈ ਥਿੰਕ ਸਾਲ ਦੇ ਵਿੱਚ 1 ਜਾਂ 1.5 ਮਹੀਨਾ ਜੇ ਅਸੀਂ ਨੋ ਪ੍ਰੋਫਿਟ ਨੋ ਲੋਸ ਤੇ ਵੀ ਕੰਮ ਕਰਦੇ ਹੈਗੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੋਈ ਉਹ ਫੀਲ ਨਹੀਂ ਹੁੰਦਾ। ਤੁਸੀਂ ਬਾਕੀ ਹਸਪੀਟਲਸ ਨੂੰ ਵੀ ਇਹ ਟੈਕਨੀਕਸ ਜਿਹੜਾ ਮੈਨੂੰ ਲੱਗਦਾ ਦੇਖਣ ਲਈ ਬੁਲਾਉਂਦੇ ਹੋ, ਕਿਉਂਕਿ ਨਾਰਥ ਰੀਜਨ ਦੇ ਵਿੱਚ ਤਾਂ ਇਕੱਲਾ ਰੋਬਰਟ ਤੁਹਾਡੇ ਕੋਲ ਹੀ ਹੈਗਾ, ਹੋਰ ਤਾਂ ਕਿਸੇ ਕੋਲ ਨਹੀਂ, ਉਸ ਤੋਂ ਇੱਕ ਨਹੀਂ ਦੋ ਦੋ ਰੋਬਰਟਸ ਨੇ। ਅੱਜ ਹੀ ਇੱਕ ਡਾਕਟਰ ਨੇਪਾਲ ਤੋਂ ਵੀ ਜੁਆਇਨ ਕੀਤੇ ਹੈਗੇ ਨੇ, ਮੋਸਟਲੀ ਕਹਿ ਲਓ ਅਨਦਰ 2 ਵੀਕਸ ਲੇਟਰ ਸਾਡੇ ਕੋਲ ਉੱਧਰ ਉਹ ਕੈਲਕਟਾ ਦੇ ਕੋਲ ਸ਼ਿਲੋਂਗ ਦੇ ਕੋਲੋਂ ਵੀ ਇੱਕ ਡਾਕਟਰ ਆਲਰੇਡੀ ਬੁੱਕਡ ਹੈਗੇ ਨੇ ਜਿਨ੍ਹਾਂ ਨੇ ਆਉਣਾ, ਸਾਊਦੀ ਅਰੇਬੀਆ, ਉਸ ਤੋਂ ਬਾਅਦ ਸਾਊਥ ਦੇ ਵਿੱਚ ਉਹਦੀ ਆਪਣਾ ਪੌਂਡੀਚੇਰੀ। ਤਾਂ ਮਤਲਬ ਪਤਾ ਨਹੀਂ ਕਿੱਥੋਂ ਕਿੱਥੋਂ ਲੋਕਾਂ ਨੂੰ ਪਤਾ ਚੱਲ ਰਿਹਾ ਹੈਗਾ ਐਂਡ ਦੇ ਵਾਂਟ ਟੂ ਕਮ ਓਵਰ ਫੋਰ ਟ੍ਰੇਨਿੰਗ। ਐਂਡ ਕਹਿ ਲਓ ਨਾ ਇਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ, ਐਜੂਕੇਸ਼ਨ ਤਾਂ ਇਹੋ ਜਿਹੀ ਚੀਜ਼ ਹੈ, ਆਪਾਂ ਜਿੰਨੀ ਅੱਗੇ ਦਿੰਦੇ ਹੈਗੇ ਹਾਂ ਉਹਨਾਂ ਤੁਸੀਂ ਆਪਣੇ ਆਪ ਵੀ ਲਰਨ ਕਰਦੇ ਹੋ। ਤਾਂ ਯੂ ਲਰਨ ਬਾਏ ਟੀਚਿੰਗ, ਕਿਉਂਕਿ ਕੋਈ ਨਾ ਕੋਈ ਜਦੋਂ ਬਾਹਰੋਂ ਆਉਂਦਾ ਹੈਗਾ ਤਾਂ ਕੋਈ ਨਾ ਕੋਈ ਨਵੇਂ ਸਕਿੱਲ ਸੈਟ, ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਨੌਲੇਜ ਲੈ ਕੇ ਆਉਂਦਾ। ਤਾਂ ਵੀ ਆਰ ਆ ਟ੍ਰੇਨਿੰਗ ਇੰਸਟੀਚਿਊਟ, ਅਤੇ ਆਪਾਂ ਚਾਹੁੰਦੇ ਹਾਂ ਕਿ ਜੇ ਸਾਨੂੰ ਕੁਛ ਰੱਬ ਵੱਲੋਂ ਸ਼ਫਾ ਮਿਲੀ ਹੈਗੀ ਹੈ ਤਾਂ ਅਸੀਂ ਕਿਉਂ ਨਾ ਕੁਛ ਅੱਗੇ ਪਾਸ ਆਨ ਕਰੀਏ, ਤਾਂ ਕਿ ਇੱਕ ਕਹਿ ਲਓ ਨਾ ਜੇ ਮੈਂ ਆਪਣਾ ਪੂਰਾ ਜ਼ੋਰ ਲਾ ਲਾਂ, ਪੂਰਾ ਵਾਹ ਵੀ ਲਾ ਲਾਂ, ਤਾਂ ਆਈ ਕੈਨ ਡੂ ਅਰਾਊਂਡ ਕਹਿ ਲਓ ਸਾਲ ਦੇ ਵਿੱਚ 1000-1500 ਓਪਰੇਸ਼ਨ ਮੈਂ ਕਰ ਸਕਦਾ ਹੈਗਾ। ਬਟ ਦੁਨੀਆ ਦੇ ਵਿੱਚ ਦਿੱਕਤ ਇੰਨੀ ਹੈਗੀ ਹੈ, ਇੰਨੇ ਕਹਿ ਲਓ ਨਾ ਲੋਕਾਂ ਦੇ ਜੋੜ ਖਰਾਬ ਹੈਗੇ ਨੇ, ਅਤੇ ਹੁਣ ਦੇਖੋ ਨੇਪਾਲ ਜਾ ਕੇ ਵੀ ਮੈਂ ਓਪਰੇਟ ਨਹੀਂ ਕਰ ਸਕਦਾ, ਸਾਊਦੀ ਅਰੇਬੀਆ ਵੀ ਮੈਂ ਜਾ ਕੇ ਨਹੀਂ ਕਰ ਸਕਦਾ। ਤਾਂ ਜੇ ਕੋਈ ਉੱਥੋਂ ਦਾ ਬੰਦਾ ਆ ਕੇ ਮੇਰੇ ਤੋਂ ਸਿੱਖ ਕੇ ਜਾ ਕੇ ਪੇਸ਼ੈਂਟਸ ਦੇ ਫਾਇਦੇ ਲਈ ਕੁਛ ਨਾ ਕੁਛ ਉੱਥੇ ਅੱਛੇ ਰਿਜ਼ਲਟ ਦੇ, ਤਾਂ ਮੈਨੂੰ ਉਹਨਾਂ ਦੇ ਵੀ ਸਿਖਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਤੇ ਇਹ ਮੇਰਾ ਸੁਭਾਗ ਹੀ ਹੈਗਾ ਕਿ ਮੇਰੇ ਕੋਲ ਆ ਕੇ ਜੇ ਕੋਈ ਚੰਗੀ ਚੀਜ਼ ਜਾ ਸਿੱਖ ਕੇ ਜਾ ਕੇ ਆਪਣੇ ਦੇਸ਼ ਦੇ ਵਿੱਚ ਕਿਸੇ ਨੂੰ ਆਪਣੇ ਮਰੀਜ਼ ਦੇ ਨੂੰ ਫਾਇਦਾ ਕਰ ਸਕੇ, ਤਾਂ ਮਤਲਬ ਇਹ ਵੀ ਇੱਕ ਤਰ੍ਹਾਂ ਦੇ ਕਹਿ ਲਓ ਬਖਸ਼ਿਸ਼ ਹੀ ਹੈਗੀ ਜਿਹੜੀ ਵਾਹਿਗੁਰੂ ਵੱਲੋਂ ਸਾਨੂੰ ਮਿਲੀ ਹੋਈ ਹੈ। ਤੁਹਾਡੇ ਕੋਲ ਕਾਮਨ ਪੇਸ਼ੈਂਟ ਜਿਹੜੇ ਨੇ ਉਹ ਜ਼ਿਆਦਾਤਰ ਕਿਹੜੀ ਪ੍ਰੋਬਲਮ ਦੇ ਨਾਲ ਜੂਝਦੇ ਹੋਏ ਤੁਹਾਨੂੰ ਲੱਗ ਰਹੇ ਨੇ ਇਸ ਟਾਈਮ ਦੇ ਉੱਤੇ, ਕਿ ਜਿਨ੍ਹਾਂ ਨੂੰ ਮਤਲਬ ਲਾਸਟ 'ਤੇ ਆ ਕੇ ਹੁਣ ਮਤਲਬ ਗੋਡਾ ਹੀ ਬਦਲਵਾਉਣਾ ਪੈਂਦਾ, ਪਰ ਮੋਸਟ ਕਾਮਨ ਪ੍ਰੋਬਲਮ ਕਿਹੜੀ ਆ ਰਹੀ ਹੈ? ਦੇਖੋ ਮੇਰੀ ਇਹਦਾ ਪ੍ਰੈਕਟਿਸ ਪਤਾ ਕੀ ਹੈ, ਹੁਣ ਓਵਰ ਈਅਰ ਜਿਵੇਂ ਲਾਸਟ 10 ਸਾਲਾਂ ਤੋਂ ਮੈਂ ਸਿਰਫ ਜੁਆਇੰਟਸ ਦੀ ਹੀ ਟ੍ਰੀਟਮੈਂਟ ਕਰ ਰਿਹਾ, ਜੁਆਇੰਟ ਰਿਪਲੇਸਮੈਂਟ ਸਪੈਸ਼ਲਿਸਟ ਹੀ ਮੈਂ ਹੈਗਾ, ਤਾਂ ਮੇਰੀ ਓਪੀਡੀ ਥੋੜ੍ਹੀ ਜਿਹੀ ਬਾਇਸਡ ਹੋ ਜਾਂਦੀ ਹੈ। ਮੇਰੇ ਕੋਲ ਜੇ ਮੈਂ ਦਿਨ 'ਚ 30 ਮਰੀਜ਼ ਦੇਖ ਰਿਹਾ ਤਾਂ ਮੇਰੇ ਕੋਲ 25 ਮਰੀਜ਼ ਗੋਡਿਆਂ ਦੀ ਖਰਾਬੀ ਦੇ ਹੀ ਆ ਰਹੇ ਹੈਗੇ ਨੇ। ਬਟ ਜੇ ਮੈਂ ਸਟਾਰਟਿੰਗ ਦੀ ਗੱਲ ਕਰਾਂ, ਵੈਨ ਆਈ ਸਟਾਰਟਡ ਮਾਈ ਪ੍ਰੈਕਟਿਸ, ਤਾਂ ਅਪਰੋਕਸੀਮੇਟਲੀ 50-60% ਲੋਕ ਸੀਗੇ ਜਿਨ੍ਹਾਂ ਦੇ ਗੋਡਿਆਂ ਦੀ ਦਿੱਕਤ ਸੀਗੀ। ਦੈਟ ਇਜ਼ ਵੈਨ ਆਈ ਥੋਟ ਕਿ ਜੇ 50-60% ਪੇਸ਼ੈਂਟਸ ਇਸ ਦਿੱਕਤ ਨਾਲ ਮੇਰੇ ਕੋਲ ਪਹੁੰਚ ਰਹੇ ਨੇ, ਤਾਂ ਮੀਨਸ ਇਹਦਾ ਸਕੋਪ ਬਹੁਤ ਵਾਸਟ ਹੈ, ਲੋਕਾਂ ਨੂੰ ਬਹੁਤ ਇਹ ਦਿੱਕਤ ਹੈਗੀ ਹੈ। ਐਂਡ ਦੈਨ ਇਜ਼ ਵੈਨ ਦ ਟ੍ਰੇਨਿੰਗ ਸਟਾਰਟਡ, ਪਹਿਲੇ ਮੈਂ ਜਰਮਨੀ ਗਿਆ, 3 ਮਹੀਨੇ ਉੱਥੇ ਜਾ ਕੇ ਟ੍ਰੇਨਿੰਗ ਕੀਤੀ, ਦੈਨ ਐਵਰੀ ਈਅਰ ਕਦੀ ਆਸਟ੍ਰੇਲੀਆ, ਕਦੀ ਦੁਬਾਰਾ ਜਰਮਨੀ ਜਾ ਕੇ, ਫਿਰ ਬੈਲਜੀਅਮ, USA 2 ਵਾਰੀ ਮੈਂ ਗਿਆ, ਟਰਕੀ ਵੀ ਮੈਂ ਗਿਆ। ਤਾਂ ਮਤਲਬ ਹਰ ਸਾਲ ਕੁਛ ਨਾ ਕੁਛ ਨਵਾਂ ਸਿੱਖਿਆ ਵੀ, ਅਤੇ ਜੋ ਵੀ ਉੱਥੇ ਦੇਖਿਆ, ਮਾਡਰਨ ਓਪਰੇਸ਼ਨ ਥੀਏਟਰ ਹੋ ਗਿਆ, ਜਾਂ ਓਪਰੇਟਿੰਗ ਹੈਲਮੈਟਸ ਹੋ ਗਏ, ਜਾਂ ਕੰਪਿਊਟਰ ਨੈਵੀਗੇਸ਼ਨ ਸਿਸਟਮ, ਅਤੇ ਹੁਣ ਫਾਈਨਲੀ ਰੋਬੋਟਿਕਸ ਤੱਕ ਪਹੁੰਚ ਕੇ। ਤਾਂ ਐਫਰਟ ਹਮੇਸ਼ਾ ਇਹੀ ਰਹੀ ਹੈ ਕਿ ਜਦੋਂ ਵੀ ਅਸੀਂ ਕਿਤੇ ਬਾਹਰ ਜਾਂਦੇ ਹਾਂ, ਜੋ ਵੀ ਅਸੀਂ ਅੱਛੀ ਚੀਜ਼ ਦੇਖਦੇ ਹਾਂ, ਤਾਂ ਸਾਡਾ ਇਹ ਹੁੰਦਾ ਇੱਛਾ ਕਿ ਅਸੀਂ ਆਪਣੇ ਏਰੀਆ ਦੇ ਵਿੱਚ, ਬਠਿੰਡੇ ਦੇ ਵਿੱਚ ਉਸਨੂੰ ਅਸੀਂ ਲੈ ਕੇ ਆਈਏ। ਅਤੇ ਇਸ ਦੇ ਨਾਲ ਨਾਲ ਇਹ ਵੀ ਹੁੰਦਾ ਕਿ ਜਿਹੜੀ ਫੈਸਿਲਿਟੀ ਹੈਗੀ ਹੈ ਉਹ ਵੀ ਟੋਪ ਕਲਾਸ ਦੇਈਏ। ਤਾਂ ਇਸੇ ਕਰਕੇ ਜਿਵੇਂ ਹੁਣੇ ਕੈਂਪ ਤੋਂ ਪਹਿਲੇ ਅਸੀਂ ਜਨਵਰੀ ਦੇ ਵਿੱਚ
ਪੂਰਾ ਦਾ ਪੂਰਾ ਇੱਕ ਤਰ੍ਹਾਂ ਦਾ ਇੱਕ ਫਲੋਰ ਰੈਨੋਵੇਟ ਕਰਕੇ ਇੱਕ ਪੂਰਾ ਰੋਬੋਟਿਕ ਵਿੰਗ ਬਣਾਇਆ ਹੈਗਾ ਜਿਹਦੇ ਵਿੱਚ ਕਿ ਡੀਲੈਕਸ ਰੂਮਸ ਬਣਾਏ ਗਏ ਹੈਗੇ ਨੇ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਜ਼ ਅਸੀਂ ਦੇ ਰਹੇ ਹੈਗੇ ਆ, ਜਿਵੇਂ ਕਿ ਮਾਈਕ੍ਰੋਵੇਵ, ਫ੍ਰਿਜ ਹੋ ਗਿਆ, ਕੈਟਲ ਹੋ ਗਿਆ, ਜਿਹੜੀਆਂ ਵੀ ਕਹਿ ਲਓ ਨਾ ਇੱਕ ਬੇਸਿਕ ਅਮੈਨਿਟੀਜ਼ ਨੇ ਜਿਹੜੇ ਕਿ ਬੰਦੇ ਨੇ ਜੇ 4 ਦਿਨ ਰਹਿਣਾ ਤਾਂ ਕੰਫਰਟੇਬਲੀ ਉਹਦੇ ਨਾਲ ਪੇਸ਼ੈਂਟ ਰਹਿ ਸਕਦਾ ਹੈ। ਤਾਂ ਇਸ ਸਰਵਿਸਿਜ਼ ਦਾ ਜਾਂ ਇਹਨਾਂ ਚੀਜ਼ਾਂ ਦਾ ਕੋਈ ਸਾਡੇ ਪ੍ਰਾਈਸਿਸ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਬਟ ਇਟ ਇਜ਼ ਜਸਟ ਆਵਰ ਐਫਰਟ ਕਿ ਜਿਹੜੇ ਵੀ ਪੇਸ਼ੈਂਟ ਆ ਰਹੇ ਨੇ ਜਾਂ ਉਹਨਾਂ ਦੇ ਨਾਲ ਦੇ ਆ ਰਹੇ ਨੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਕੀ ਐਕਸਟਰਾ ਕੰਫਰਟ ਦੇ ਸਕਦੇ ਹੈਗੇ ਜਾਂ ਕੀ ਐਕਸਟਰਾ ਸਰਵਿਸ ਦੇ ਸਕਦੇ ਹਾਂ ਤਾਂ ਕਿ ਉਹਨਾਂ ਦਾ ਇੱਕ ਜਿਹੜਾ ਸਾਡੇ ਕੋਲ ਸਟੇ ਹੈ ਉਹ ਇੱਕ ਕਹਿ ਲਓ ਨਾ ਕੰਫਰਟੇਬਲ ਸਟੇ ਹੋ ਸਕੇ। ਤਾਂ ਮਾਈਂਡਸੈਟ ਇਜ਼ ਵੈਰੀ ਇੰਪੋਰਟੈਂਟ। ਤਾਂ ਇੱਕ ਅਰਨਿੰਗ ਦਾ ਮਾਈਂਡਸੈਟ ਨਹੀਂ ਹੈਗਾ, ਇੱਕ ਇਹ ਹੈ ਕਿ ਜਿਹੜਾ ਵੀ ਲੋਕ ਆ ਰਹੇ ਨੇ ਉਹ ਸਾਡੇ ਨਾਲ ਰਹਿ ਕੇ ਕੰਫਰਟੇਬਲ ਫੀਲ ਕਰਨ, ਤੇ ਮੋਸਟਲੀ ਇਹ ਹੁੰਦਾ ਹੈ ਤਾਂ ਹੀ ਪੇਸ਼ੈਂਟ ਸਾਡੇ ਨਾਲ ਇੱਕ ਤਰ੍ਹਾਂ ਦਾ ਫੈਮਿਲੀ ਦੀ ਤਰ੍ਹਾਂ ਕਨੈਕਟ ਕਰਦੇ ਨੇ। ਐਂਡ ਅੱਜ ਸਾਡਾ ਕੰਮ ਸਾਰਾ ਇਸੇ ਤਰੀਕੇ ਨਾਲ, ਜੋ ਵੀ ਇੱਕ ਪੇਸ਼ੈਂਟ ਆਉਂਦਾ ਹੈ ਉਹ ਸਾਡਾ ਇੱਕ ਤਰ੍ਹਾਂ ਦਾ ਫੈਮਿਲੀ ਮੈਂਬਰ ਬਣ ਜਾਂਦਾ ਹੈ, ਤੇ ਉਸ ਤੋਂ ਬਾਅਦ ਸਾਰੇ ਦੇ ਸਾਰੇ ਪੇਸ਼ੈਂਟਸ ਅੱਗੇ ਜਿਵੇਂ ਕਿ ਉਹਨਾਂ ਪੂਰਾ ਦਾ ਪੂਰਾ ਪਿੰਡ ਉਹਨਾਂ ਦਾ ਇਸ ਤਰੀਕੇ ਨਾਲ ਸਾਡੇ ਨਾਲ ਜੁੜਨ 'ਚ ਲੱਗ ਜਾਂਦਾ ਹੈ। ਜੀ, ਇਸ ਨਾਲ ਮੈਂ ਹਿਪ ਰਿਪਲੇਸਮੈਂਟ ਦੇ ਉੱਤੇ ਮੁੜ ਤੋਂ ਤੁਹਾਡੇ ਤੋਂ ਸਵਾਲ ਕਰਨਾ ਚਾਹੂੰਗੀ ਕਿ ਹਿਪ ਰਿਪਲੇਸਮੈਂਟ ਇੱਕ ਤਾਂ ਆਪਾਂ ਅਡਲਟਸ ਦੇ ਵਿੱਚ ਗੱਲ ਕੀਤੀ ਹੈ ਨਾ, ਹੁਣ ਜਦੋਂ ਏਜ ਵੱਧਦੀ ਜਾਂਦੀ ਹੈ ਉਹਦੇ ਨਾਲ ਥੋੜ੍ਹਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੰਪਲੀਕੇਸ਼ਨਸ ਵੀ ਆਪਰੇਸ਼ਨ ਦੇ ਵਿੱਚ ਫਿਰ ਹੈ ਨਾ ਵੱਧਦੀਆਂ ਜਾਂਦੀਆਂ ਨੇ, ਹੋਰ ਚੀਜ਼ਾਂ ਐਡ ਆਨ ਹੋ ਜਾਂਦੀਆਂ ਨੇ, ਜਿਵੇਂ ਸ਼ੂਗਰ ਦੀ ਪ੍ਰੋਬਲਮ ਬਹੁਤ ਹੁੰਦੀ ਹੈ, ਓਬੈਸਿਟੀ ਦੀ ਪ੍ਰੋਬਲਮ ਬਾਲੀ ਉਮਰ ਦੇ ਵਿੱਚ ਜਾ ਕੇ ਹੋ ਜਾਂਦੀ ਹੈ, ਤਾਂ ਇਹ ਬੜੇ ਸਾਰੇ ਫੈਕਟਰਸ ਜਿਹੜੇ ਨੇ ਉਹਨੂੰ ਪ੍ਰਭਾਵਿਤ ਕਰਦੇ ਨੇ। ਤਾਂ ਅਜਿਹੇ ਦੇ ਵਿੱਚ ਜਦੋਂ ਉਮਰ ਜ਼ਿਆਦਾ ਹੋ ਗਈ ਮੰਨ ਲਓ ਜਾਂ 40+ ਕ੍ਰੋਸ ਕਰਕੇ, ਤਾਂ ਹਿਪ ਰਿਪਲੇਸਮੈਂਟ ਦੇ ਵਿੱਚ ਰੋਬੋਟਿਕ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਉਦੋਂ? ਬਿਲਕੁਲ ਜੀ, ਦੇਖੋ ਹਿਪ ਰਿਪਲੇਸਮੈਂਟ ਦੇ ਵਿੱਚ ਕਹਿ ਲਓ ਨਾ ਕਾਫੀ ਇਸ਼ੂਜ਼ ਇਹ ਨੇ ਕਿ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈਗੀ ਹੈ ਤਾਂ ਅੰਦਰੋਂ ਦੀ ਬੋਨ ਵੀਕ ਹੁੰਦੀ ਜਾਂਦੀ ਹੈਗੀ ਹੈ। ਤਾਂ ਜਿਵੇਂ ਯੰਗ ਏਜ ਹੈਗੀ ਹੈ 60 ਬਿਲੋ, ਉਹਦੇ ਲਈ ਅਸੀਂ ਅਨਸੀਮੈਂਟਡ ਜੁਆਇੰਟਸ ਯੂਜ਼ ਕਰਦੇ ਹੈਗੇ ਹਾਂ, ਅਤੇ 60 ਐਂਡ ਅਬਵ ਜੇ ਕਹਿ ਲਓ ਨਾ ਬੋਨ ਕੁਆਲਿਟੀ ਅੱਛੀ ਹੈ ਤਾਂ ਅਨਸੀਮੈਂਟਡ ਯੂਜ਼ ਹੋ ਰਹੇ ਨੇ। ਬਟ ਜਦੋਂ ਹੱਡੀ ਕਮਜ਼ੋਰ ਹੋ ਗਈ ਜਾਂ ਜਿਵੇਂ ਫ੍ਰੈਕਚਰ ਕੇਸ ਹੋ ਗਿਆ, ਉਹਨਾਂ ਦੇ ਵਿੱਚ ਸਾਡੇ ਕੋਲ ਆਪਸ਼ਨਸ ਹੁੰਦੀਆਂ ਨੇ ਕਿ ਇੱਕ ਸਪੈਸ਼ਲ ਬੋਨ ਦਾ ਸੀਮੈਂਟ ਆਉਂਦਾ ਜਿਹੜਾ ਜੁਆਇੰਟ ਨੂੰ ਹੱਡੀ ਦੇ ਨਾਲ ਚਿਪਕਾ ਸਕਦਾ ਹੈਗਾ। ਤਾਂ ਉਹ ਵਾਲੀ ਚੀਜ਼ਾਂ ਦੇ ਵੀ ਆਪਸ਼ਨਸ ਆਪਾਂ ਨੂੰ ਨਾਲ ਦੇਖਣੇ ਪੈਂਦੇ ਨੇ, ਬਟ ਉਹਨਾਂ ਕੇਸਿਸ ਦੇ ਵਿੱਚ ਜਦੋਂ ਹੱਡੀ ਨਰਮ ਹੈਗੀ ਹੈ ਤਾਂ ਸਾਨੂੰ ਹੋਰ ਇਹਤਿਆਤ ਨਾਲ, ਹੋਰ ਸਾਵਧਾਨੀ ਨਾਲ ਕੰਮ ਕਰਨਾ ਪੈਂਦਾ ਹੈਗਾ। ਜੇ ਆਪਾਂ ਹੁਣ ਗੱਲ ਕਰੀਏ ਰੋਬੋਟਿਕ ਸਰਜਰੀ ਇਨ ਹਿਪ ਰਿਪਲੇਸਮੈਂਟ, ਤਾਂ ਹਾਂਜੀ, ਜਿਹੜਾ ਆਪਾਂ ਹੁਣ ਦੂਸਰਾ ਰੋਬੋਟ ਲੈ ਕੇ ਆਏ ਹੈਗੇ ਆ ਸਮਿਥ ਐਂਡ ਨੈਫਿਊ, ਉਸ ਦੇ ਵਿੱਚ ਮੋਸਟਲੀ ਅਸੀਂ ਹੁਣ ਹਿਪ ਸਰਜਰੀਜ਼ ਵੀ ਰੋਬੋਟਿਕ ਦੇ ਨਾਲ ਵਿਦ ਇਨ 1 ਔਰ 2 ਮੰਥਸ ਸ਼ੁਰੂ ਕਰ ਪਾਵਾਂਗੇ। ਤਾਂ ਉਹਦੇ ਨਾਲ ਕੀ ਹੈ ਕਿ ਐਕੂਰੇਸੀ ਹੋਰ ਜ਼ਿਆਦਾ, ਬਿਕੋਜ਼ ਕੱਪ ਦੀ ਜਿਹੜੀ ਬੋਡੀ ਦੇ ਨਾਲ ਅਲਾਈਨਮੈਂਟ ਹੈਗੀ ਆ ਉਹਨੂੰ ਅਸੀਂ ਕੰਪਿਊਟਰ 'ਤੇ ਜਦੋਂ ਰੋਬੋਟ 'ਚ ਦੇਖ ਪਾਵਾਂਗੇ, ਤਾਂ ਓਬਵੀਅਸਲੀ ਜਿਹੜੀ ਕੱਪ ਦੀ ਪਲੇਸਮੈਂਟ, ਸਟੈਮ ਦੀ ਪਲੇਸਮੈਂਟ, ਲੈਗ ਦੀ ਲੈਂਥ ਦੀ ਜਿਹੜੀ ਮੇਜਰਮੈਂਟ ਹੈਗੀ ਹੈ ਉਹ ਸਾਰਾ ਰੋਬੋਟ ਦੇ ਥਰੂ ਹੁੰਦੇ ਆ, ਤਾਂ ਓਬਵੀਅਸਲੀ ਉਹਦੀ ਵੀ ਐਕੂਰੇਸੀ ਹੋਰ ਬੈਟਰ ਹੋ ਜਾਏਗੀ। ਤਾਂ ਕਹਿ ਲਓ ਨਾ ਵਿਦ ਇਨ ਫਿਊ ਮੰਥਸ ਇਹ ਵੀ ਅਸੀਂ ਖੁਸ਼ਖਬਰੀ ਦੇਵਾਂਗੇ ਕਿ ਜਿਹੜੀ ਹਿਪ ਸਰਜਰੀ ਹੈ ਉਹ ਵੀ ਅਸੀਂ ਰੋਬੋਟਿਕ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਰ ਪਾਵਾਂਗੇ। ਇੱਕ ਵਾਰੀ ਤੁਸੀਂ ਮੈਨੂੰ ਦੋਨੋਂ ਰੋਬੋਟਸ 'ਚ ਡਿਫਰੈਂਸ ਦੱਸ ਦਿਓ, ਕਿਉਂਕਿ ਤੁਹਾਡੇ ਕੋਲ ਇਸ ਸਮੇਂ 2 ਰੋਬੋਟਸ ਉੱਥੇ ਹੈਗੇ ਨੇ, ਪਰ ਇੱਕ ਦੂਜੀ ਕੰਪਨੀ ਦਾ, ਇੱਕ ਦੂਜੀ ਕੰਪਨੀ ਦਾ, ਦੋਨਾਂ ਦੇ ਵਿੱਚ ਫਰਕ ਕੀ ਆ? ਦੇਖੋ ਆਪਾਂ ਓਵਰਆਲ ਸਾਰੇ ਰੋਬੋਟਸ ਨੂੰ ਤੁਹਾਨੂੰ ਈਜ਼ੀਲੀ ਐਕਸਪਲੇਨ ਕਰ ਦਿੰਦੇ ਹਾਂ। ਤਾਂ ਜੀ ਦੇਖੋ ਰੋਬੋਟਸ 2 ਤਰ੍ਹਾਂ ਦੇ ਹੋ ਜਾਂਦੇ ਨੇ, ਇੱਕ ਹੈ ਜਾਂਦਾ ਫੁੱਲੀ ਐਕਟਿਵ ਰੋਬੋਟ ਤੇ ਦੂਸਰਾ ਆ ਜਾਂਦਾ ਹੈਗਾ ਸੈਮੀ ਐਕਟਿਵ ਰੋਬੋਟ। ਜਿਹੜਾ ਤਾਂ ਫੁੱਲੀ ਐਕਟਿਵ ਰੋਬੋਟ ਹੈਗਾ ਉਹਦੇ ਵਿੱਚ ਆਪਾਂ ਇੱਕ ਪ੍ਰੀ ਪਲੈਨਿੰਗ ਆਪਸ਼ਨ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਕਿ ਆਪਾਂ ਪਹਿਲੇ ਪੇਸ਼ੈਂਟ ਦਾ ਸੀਟੀ ਸਕੈਨ ਕਰਦੇ ਹਾਂ, ਸੀਟੀ ਸਕੈਨ ਨੂੰ ਜਦੋਂ ਅਸੀਂ ਸਪੈਸ਼ਲ ਸੋਫਟਵੇਅਰ 'ਚ ਪਾਉਂਦੇ ਹਾਂ ਜਿਵੇਂ ਸਕਰੀਨ 'ਚ ਆਈ ਗਿਆ ਉਸ ਟਾਈਮ 'ਤੇ, ਇਸ ਤਰੀਕੇ ਨਾਲ ਆਪਾਂ 3D ਦੇ ਵਿੱਚ ਪਲਾਨ ਕਰ ਪਾਉਂਦੇ ਹਾਂ ਪੇਸ਼ੈਂਟ ਦੇ ਗੋਡੇ ਦੀ ਸ਼ੇਪ ਨੂੰ ਦੇਖ ਕੇ ਅਸੀਂ ਗੋਡਾ ਪਲੇਸ ਕਰ ਪਾਉਂਦੇ ਹਾਂ, ਅਤੇ ਇਹਦੇ ਵਿੱਚ ਪੇਸ਼ੈਂਟ ਨੂੰ ਜ਼ਿਆਦਾ ਨੈਚੁਰਲ ਫੀਲਿੰਗ ਮਿਲਦੀ ਹੈਗੀ ਹੈ। ਐਂਡ ਦੈਨ ਓਪਰੇਸ਼ਨ ਦੇ ਦੌਰਾਨ ਰੋਬੋਟ ਨੂੰ ਅਸੀਂ ਜਦੋਂ ਨਾਲ ਕਨੈਕਟ ਕਰਤਾ ਤਾਂ ਫਾਈਨਲ ਜਿਹੜਾ ਸਟੈਪ ਹੈਗਾ ਹੱਡੀ ਰਿਮੂਵ ਕਰਨ ਦਾ ਉਹ ਰੋਬੋਟ ਆਪਣੇ ਆਪ ਕਰ ਰਿਹਾ ਵਿਦਆਊਟ ਡਾਕਟਰ ਟੱਚਿੰਗ ਦਾ ਰੋਬੋਟ, ਇਹ ਆ ਗਿਆ ਜੀ ਫੁੱਲੀ ਐਕਟਿਵ ਰੋਬੋਟ। ਹੁਣ ਜਿਹੜਾ ਦੂਸਰਾ ਰੋਬੋਟ ਆ ਜਾਂਦਾ ਹੈਗਾ ਉਸ ਨੂੰ ਅਸੀਂ ਕਹਿੰਦੇ ਹੈਗੇ ਸੈਮੀ ਐਕਟਿਵ ਰੋਬੋਟ, ਜਿਹਦੇ ਵਿੱਚ ਕਿ ਪ੍ਰੀ ਪਲੈਨਿੰਗ ਆਪਸ਼ਨ ਨਹੀਂ ਹੈਗੀ, ਓਪਰੇਸ਼ਨ ਦੇ ਵਿੱਚ ਹੀ ਗੋਡੇ ਨੂੰ ਖੋਲਿਆ, ਰੋਬੋਟ ਨੂੰ ਨਾਲ ਕਨੈਕਟ ਕੀਤਾ ਅਤੇ 3D ਸੈਂਸਰ ਅਤੇ ਉਹਦੇ ਕੈਮਰਾ ਦੇ ਥਰੂ ਅਸੀਂ ਰੋਬੋਟ ਨੂੰ ਗੋਡੇ ਦੀ ਜਿਹੜੀ ਲਾਈਵ ਪੋਜੀਸ਼ਨ ਦਿਖਾਤੀ ਅਤੇ ਕੈਲੀਬਰੇਟ ਕਰਤਾ, ਅਤੇ ਉਸ ਤੋਂ ਬਾਅਦ ਸਾਰੇ ਗੈਪ ਚੈੱਕਸ ਹੋ ਕੇ ਹੱਥ ਨਾਲ ਪਕੜ ਕੇ ਜਿਹੜਾ ਉਹਦਾ ਸਪੈਸ਼ਲ ਟੂਲ ਹੈਗਾ ਜਾਂ ਸੌ ਹੈਗਾ ਉਹਦੇ ਨਾਲ ਅਸੀਂ ਹੱਡੀ ਨੂੰ ਉਤਾਰ ਰਹੇ ਹਾਂ। ਤਾਂ ਇਹਦੇ ਵਿੱਚ ਡਾਕਟਰ ਇਨਵੋਲਵ ਇਸ ਲਈ ਹੈ ਕਿ ਉਹ ਜਿਹੜੀ ਸਾਰੀ ਉਹਦੀ ਹੱਡੀ ਰਿਮੂਵ ਕਰਨੀ ਉਹਦੇ ਵਿੱਚ ਰੋਬੋਟਿਕ ਆਰਮ ਨੂੰ ਲਿਆ ਕੇ ਸਾਨੂੰ ਆਪਣੇ ਆਪ ਕਰਵਾਉਣਾ ਪੈ ਰਿਹਾ ਹੈਗਾ। ਠੀਕ ਹੈ ਜੀ, ਇਹ ਆ ਗਿਆ ਸੈਮੀ ਐਕਟਿਵ ਵਾਲਾ। ਇਹਦੇ ਵਿੱਚ ਜਿਹੜਾ ਹੁਣ ਅਸੀਂ ਰੋਬੋਟ ਲੈ ਕੇ ਆਏ ਹਾਂ ਸੈਮੀ ਐਕਟਿਵ ਦੇ ਨਾਲ, ਇਹਦਾ ਐਡਵਾਂਟੇਜ ਕੀ ਹੈ ਕਿ
ਜਿਹੜਾ ਸੈਮੀ ਐਕਟਿਵ ਰੋਬੋਟ ਹੈ, ਇਹਦੇ ਵਿੱਚ ਹੁਣ ਟੈਕਨੋਲੋਜੀ ਆ ਗਈ ਹੈ ਕਿ ਜਿਹੜਾ ਗੋਡਾ ਪਹਿਲੇ ਬਦਲਿਆ ਹੋਇਆ ਉਸ ਨੂੰ ਦੁਬਾਰਾ ਬਦਲਣਾ ਆਪਾਂ ਸੈਮੀ ਐਕਟਿਵ ਦੇ ਨਾਲ ਕਰ ਪਾ ਰਹੇ ਹਾਂ, ਵਿਚ ਇਜ਼ ਵਨ ਐਡਵਾਂਟੇਜ। ਤੇ ਦੂਸਰਾ ਜਿਹੜਾ ਅਸੀਂ ਲਿਆਉਣ ਦਾ ਪਿੱਛੇ ਥਾਟ ਸੀਗਾ ਕਿ ਕਈ ਲੋਕਾਂ ਨੂੰ ਇਮਪਲਾਂਟਸ ਦੇ ਵਿੱਚ ਇੱਕ ਵੀ ਇਮਪਲਾਂਟ ਦੇ ਦੂਸਰੇ ਨਾਲੋਂ ਵੱਧ ਵਿਸ਼ਵਾਸ ਹੁੰਦਾ ਹੈ। ਅਦਰਵਾਈਜ਼ ਦੇਖਿਆ ਜਾਵੇ ਤਾਂ ਜਿਹੜੇ ਵੀ USFDA ਅਪਰੂਵਡ ਇਮਪਲਾਂਟਸ ਨੇ ਉਹ ਸਾਰੇ ਅੱਛੇ ਪਰਫੋਰਮੈਂਸ ਵਾਲੇ ਨੇ, ਅੱਛੇ 20-25 ਸਾਲ ਟੱਪ ਆਉਣ ਵਾਲੇ ਹੁੰਦੇ ਨੇ, ਚੌਂਕੜੀ ਮਾਰਨ ਵਾਲੇ ਹੁੰਦੇ ਨੇ। ਬਟ ਸਟਿਲ ਕਈ ਵਾਰ ਕਹਿ ਲਓ ਨਾ, ਐਵਰੀਬਡੀ ਹੈਜ਼ ਦੇਅਰ ਓਨ ਫੇਵਰੇਟਸ। ਤਾਂ ਕਿਸੇ ਨੇ ਕਿਸੇ ਦਾ ਨਾਮ ਵੱਧ ਸੁਣਿਆ, ਕਿਸੇ ਦੇ ਰਿਸ਼ਤੇਦਾਰ ਨੇ ਕੋਈ ਇੱਕ ਇਮਪਲਾਂਟ ਕਰਾਇਆ ਹੁੰਦਾ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਹੁਣ ਦੋ ਰੋਬੋਟਸ ਦੇ ਨਾਲ ਫਾਇਦਾ ਇਹ ਦੇ ਪਾਵਾਂਗੇ ਕਿ ਮੋਰ ਆਪਸ਼ਨ ਆਫ ਇਮਪਲਾਂਟਸ। ਜੇ ਕਿਸੇ ਨੇ ਕੋਈ ਡਿਫਰੈਂਟ ਇਮਪਲਾਂਟ ਪਾਉਣਾ ਹੈਗਾ ਤਾਂ ਉਹ ਵੀ ਆਪਾਂ ਆਪਸ਼ਨ ਉਹਨਾਂ ਨੂੰ ਦੇ ਪਾਵਾਂਗੇ। ਤਾਂ ਇਟ ਇਜ਼ ਜਸਟ ਕਿ ਸਾਡੇ ਪੇਸ਼ੈਂਟਸ ਕੋਲ ਹੁਣ ਜ਼ਿਆਦਾ ਆਪਸ਼ਨ ਹੋਣਗੀਆਂ। ਦੂਸਰਾ, ਹੁਣ ਸਾਡੇ ਕੋਲ ਉਹ ਆਪਸ਼ਨ ਹੈਗੀ ਹੈ ਕਿ ਅਸੀਂ ਜੇ ਕਿਸੇ ਦਾ ਗੋਡਾ ਪਹਿਲੇ ਪਾਇਆ ਬਟ ਉਹ ਸਹੀ ਨਹੀਂ ਪਿਆ, ਕੁਛ ਅਲਾਈਨਮੈਂਟ ਇਸ਼ੂਜ਼ ਨੇ, ਤਾਂ ਅਸੀਂ ਰੋਬੋਟਿਕ ਟੈਕਨੀਕ ਦੇ ਨਾਲ ਹੁਣ ਦੁਬਾਰਾ ਗੋਡਾ ਵੀ ਬਦਲ ਪਾਵਾਂਗੇ। ਜੀ, ਮੈਂ ਇਸੇ ਤੇ ਆਉਣ ਵਾਲੀ ਸੀ। ਜੇ ਮੰਨ ਲਓ ਕਿਸੇ ਹੋਰ ਹਸਪੀਟਲ ਦੇ ਵਿੱਚ ਹਨਾ ਗੋਡਾ ਬਦਲਵਾਇਆ ਕਿਸੇ ਨੇ ਤੇ ਹੁਣ ਉਹ ਗੋਡਾ ਖਰਾਬ ਹੋ ਗਿਆ, ਤੇ ਫਿਰ ਮਨ ਦੇ ਵਿੱਚ ਇੱਕ ਤਾਂ ਡਰ ਬਹਿ ਗਿਆ ਪੇਸ਼ੈਂਟ ਦੇ ਵੀ ਮੈਂ ਗੋਡਾ ਬਦਲਾਇਆ ਸੀ ਹਸਪਤਾਲ ਤੋਂ, ਹੁਣ ਤਾਂ ਜੇ ਦੁਬਾਰਾ ਕਰਾਊਂਗਾ ਤੇ ਹੋਰ ਨਾ ਕਿਤੇ ਖਰਾਬ ਹੋ ਜਾਵੇ, ਉਹ ਫਿਰ ਦਰਦ ਕੰਟੀਨਿਊ ਰਹਿੰਦਾ ਉਹਨਾਂ ਦਾ। ਪ੍ਰੋਬਲਮ ਇਹ ਹੈ ਜੀ ਕਿ ਨੀ ਰਿਪਲੇਸਮੈਂਟ ਨੂੰ ਅਸੀਂ ਇੱਕ ਤਰ੍ਹਾਂ ਦੀ ਲਾਈਫ ਟਾਈਮ ਸਰਜਰੀ ਚਾਹੁੰਦੇ ਹਾਂ ਕਿ ਹੋਵੇ, ਬਿਕੋਜ਼ ਜੋ ਸਕਸੈਸ ਰੇਟ ਸਾਨੂੰ ਫਸਟ ਟਾਈਮ ਸਰਜਰੀ ਤੇ ਮਿਲਦਾ ਹੈਗਾ ਉਹ ਆਪਾਂ ਨੂੰ ਰੀਡੂ ਸਰਜਰੀ ਤੇ ਨਹੀਂ ਮਿਲਦਾ। ਹਾਂ, ਜੇ ਪਹਿਲੀ ਸਰਜਰੀ ਨਹੀਂ ਸਹੀ ਹੋਈ ਜਾਂ ਕੋਈ ਇਸ਼ੂਜ਼ ਆ ਰਹੇ ਨੇ ਤਾਂ ਓਬਵੀਅਸਲੀ ਉਹਨੂੰ ਇੱਕ ਪ੍ਰੋਪਰਲੀ ਅਸੈਸ ਕਰਕੇ ਰੀਡੂ ਸਰਜਰੀ ਇਜ਼ ਦਾ ਆਪਸ਼ਨ, ਤਾਂ ਕਿ ਉਹਨੂੰ ਉਸ ਦਰਦ ਤੋਂ ਐਟਲੀਸਟ ਛੁਟਕਾਰਾ ਪਾ। ਤੁਹਾਡੇ ਕੋਲ ਆਏ ਨਹੀਂ ਐਵੇਂ ਜੇ ਕੇਸਿਸ ਕਿ ਕਿਸੇ ਹੋਰ ਹਸਪਤਾਲ ਤੋਂ ਕਰਾਇਆ ਹੋਵੇ? ਨਾਮ ਆਪਾਂ ਨਹੀਂ ਲਵਾਂਗੇ। ਇਹ ਵੀ ਹੁਣ ਕਹਿ ਲਓ ਨਾ ਕਾਮਨ ਹੋ ਗਿਆ, ਬਿਕੋਜ਼ ਹੁਣ ਕਹਿ ਲਓ ਨਾ ਹਰ ਤਰ੍ਹਾਂ ਦੇ ਸਰਜਨਸ ਹੈਗੇ ਨੇ, ਸਮ ਆਰ ਟ੍ਰੇਨ, ਸਮ ਆਰ ਨੋਟ ਫੁੱਲੀ ਟ੍ਰੇਨ। ਆਪਾਂ ਉਸ ਗੱਲ ਦੇ ਵਿੱਚ ਨਹੀਂ ਜਾਵਾਂਗੇ, ਬਟ ਕਈ ਵਾਰੀ ਕੁਛ ਨਾ ਕੁਛ ਇਸ਼ੂਜ਼ ਆ ਜਾਂਦੇ ਨੇ, ਬੈਲੈਂਸ ਇਸ਼ੂਜ਼ ਨੇ। ਕਈ ਵਾਰੀ ਐਨਾਟੋਮਿਕਲੀ ਬਾਡੀ ਹਰੇਕ ਦੀ ਡਿਫਰੈਂਟ ਹੈ, ਹਰ ਗੋਡਾ ਹਰੇਕ ਦੇ ਫਿੱਟ ਨਹੀਂ ਵੀ ਆਉਂਦਾ। ਤਾਂ 10-15% ਪੇਸ਼ੈਂਟਸ ਨੇ ਜਿਹੜੇ ਆਪਣੇ ਗੋਡੇ ਨਾਲ ਹੈਪੀ ਨਹੀਂ ਹੁੰਦੇ ਨੇ, ਤਾਂ ਇਸੇ ਥਾਂ ਤੇ ਆਪਣਾ ਇੱਕੋ ਪੇਸ਼ੈਂਟਸ ਨੂੰ ਇਨਫੋਰਮ ਕਰਨਾ ਜਾਂ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਕਿ ਕਈ ਵਾਰੀ ਨਾ ਬੰਦਾ ਇਹ ਸ਼ੋਪਿੰਗ ਤੇ ਨਿਕਲ ਜਾਂਦਾ ਕਿ ਹਾਂਜੀ ਇਹ ਸਬਜ਼ੀ ਕਿੱਥੋਂ ਕਿੰਨੇ ਦੀ ਮਿਲ ਰਹੀ ਹੈਗੀ ਹੈ, ਕਿੱਥੋਂ ਟਮਾਟਰ ਸਸਤਾ ਮਿਲ ਰਿਹਾ, ਕਿੱਥੋਂ ਏਸੀ ਸਸਤਾ ਮਿਲ ਰਿਹਾ। ਤਾਂ ਨੀ ਰਿਪਲੇਸਮੈਂਟ ਇਜ਼ ਨੋਟ ਸ਼ੋਪਿੰਗ। ਇਹਦੇ ਵਿੱਚ ਇਹ ਨਾ ਦੇਖੀਏ ਕਿ ਕਿੱਥੇ ਸਸਤਾ ਮਿਲ ਰਿਹਾ, ਕਿੱਥੇ ਮਹਿੰਗਾ ਮਿਲ ਰਿਹਾ। 4-5 ਚੀਜ਼ਾਂ ਪਲੀਜ਼ ਕੰਸਿਡਰ ਕਰੋ, ਅਤੇ ਇਹ ਬੜੀਆਂ ਇੰਪੋਰਟੈਂਟ ਨੇ, ਬਿਕੋਜ਼ ਇਹਨੂੰ ਆਪਾਂ ਇਹ ਨਹੀਂ ਚਾਹੁੰਦੇ ਕਿ ਇੱਕ ਵਾਰੀ ਸਹੀ ਨਹੀਂ ਹੋਇਆ ਤਾਂ ਕਿ ਹੋਇਆ ਦੁਬਾਰਾ ਪਵਾ ਲਾਂਗੇ। ਇਹ ਸਰਕਾਰ ਨਹੀਂ ਹੈਗੀ ਜਿਹੜੀ ਹਰ 5 ਸਾਲ ਬਾਅਦ ਆਪਾਂ ਵੋਟ ਦੇ ਕੇ ਲੈ ਸਕਦੇ ਹਾਂ। ਇਹ ਆਪਣਾ ਗੋਡਾ ਹੈ ਜਿਹੜਾ ਆਪਾਂ ਇੱਕ ਵਾਰ ਪਵਾ ਲਿਆ, ਇਹਨੂੰ ਲਾਈਫ ਟਾਈਮ ਆਪਾਂ ਨਾਲ ਰੱਖਣਾ ਚਾਹੁੰਦੇ ਹਾਂ ਤਾਂ ਕਿ ਬਾਰ ਬਾਰ ਗੋਡਾ ਨਾ ਖੋਲੀਏ, ਬਿਕੋਜ਼ ਫਸਟ ਸਰਜਰੀ ਆਪਾਂ ਨੂੰ 99% ਰਿਜ਼ਲਟ ਦੇ ਸਕਦੀ ਹੈ। ਤਾਂ ਨੀ ਰਿਪਲੇਸਮੈਂਟ ਤੋਂ ਪਹਿਲੇ ਇੱਕ ਐਕਸਪੀਰੀਅੰਸ ਡਾਕਟਰ ਜ਼ਰੂਰ ਚੁਣੋ, ਬਿਕੋਜ਼ ਐਕਸਪੀਰੀਅੰਸ ਦਾ ਕੋਈ ਸ਼ਾਰਟਕੱਟ ਨਹੀਂ ਹੈਗਾ। ਹਰ ਸਰਜਨ ਨੇ ਓਵਰ ਈਅਰਸ ਕਹਿ ਲਓ 10-15 ਸਾਲ ਲੱਗ ਜਾਂਦੇ ਨੇ ਇੱਕ ਥਾਂ ਤੇ ਪਹੁੰਚਣ ਨੂੰ, ਟੈਕਨੀਕ ਨੂੰ ਰਿਫਾਈਨ ਕਰਨ ਨੂੰ। ਦੂਸਰਾ, ਟੈਕਨੋਲੋਜੀ ਜਿੱਥੇ ਅਵੇਲੇਬਲ ਹੈਗੀ ਹੈ ਟੈਕਨੋਲੋਜੀ ਨੂੰ ਜ਼ਰੂਰ ਯੂਜ਼ ਕਰੋ, ਬਿਕੋਜ਼ ਮਾਡਰਨ ਟੈਕਨੋਲੋਜੀ, ਰੋਬੋਟਿਕ ਟੈਕਨੋਲੋਜੀ, ਕੰਪਿਊਟਰ ਨੈਵੀਗੇਸ਼ਨ ਟੈਕਨੋਲੋਜੀ ਸਰਜਰੀ ਨੂੰ ਸੁਖਾਲਾ ਬਣਾ ਰਹੀ ਹੈ, ਗਲਤੀ ਨੂੰ ਬਚਾ ਰਹੀ ਹੈਗੀ ਹੈ, ਚੀਰ ਫਾੜ ਘਟਾ ਰਹੀ ਹੈ, ਬਲੱਡ ਲੋਸ ਘਟਾ ਰਹੀ ਹੈ, ਰਿਕਵਰੀ ਫਾਸਟ ਕਰਵਾ ਰਹੀ ਹੈਗੀ ਹੈ। ਤਾਂ ਅਲਾਈਨਮੈਂਟ ਜਿੰਨੀ ਪਰਫੈਕਟਲੀ ਰੋਬੋਟਿਕ ਸਰਜਰੀ ਜਾ ਸਕਦੀ ਹੈ ਉਹ ਮੈਨੂਅਲ ਦੇ ਵਿੱਚ ਨਹੀਂ ਆ ਸਕਦੀ। ਤਾਂ ਆਪਾਂ ਜਿਹੜੇ ਕਹਿ ਲਓ ਨਾ ਉਹ ਐਰਰ, ਜਿਹੜੇ 2-4 ਡਿਗਰੀ ਦੇ ਐਰਰ ਮੈਨੂਅਲ ਦੇ ਵਿੱਚ ਹੋ ਰਹੇ ਨੇ, ਉਹ ਇਸ ਤੋਂ ਅਵੋਇਡ ਕਰ ਸਕਦੇ ਹਾਂ। ਅਤੇ ਅਲਾਈਨਮੈਂਟ ਪਰਫੈਕਟ ਹੋਏਗੀ ਤਾਂ ਹੀ ਗੋਡਾ ਲੰਬਾ ਚੱਲੇਗਾ, ਅਦਰਵਾਈਜ਼ ਆਪਾਂ ਨੂੰ ਇਹ ਪਤਾ ਜੇ 1 ਡਿਗਰੀ ਵੀ ਆਪਣਾ ਕਹਿ ਲਓ ਨਾ ਪਾਇਲਟ ਗਲਤ ਫਿੱਟ ਕਰਦੇ ਤਾਂ ਆਪਾਂ ਇਹ ਨਹੀਂ ਹੋ ਸਕਦਾ ਕਿ ਇੰਡੀਆ ਪਹੁੰਚਣਾ ਹੋਏ ਤਾਂ ਸ਼੍ਰੀਲੰਕਾ ਪਹੁੰਚ ਜਾਈਏ। ਤਾਂ ਦੈਟ ਇਜ਼ ਹਾਊ ਮਚ ਡਿਫਰੈਂਸ 1 ਡਿਗਰੀ ਕੈਨ ਮੇਕ। ਤਾਂ ਉਸ ਤੋਂ ਬਾਅਦ ਆ ਜਾਂਦਾ ਜਿਹੜਾ ਹੋਸਪਿਟਲ ਸੈਟਅਪ, ਪ੍ਰੋਪਰ ਓਪਰੇਸ਼ਨ ਥੀਏਟਰ, ਮੈਡੀਕਲ ਬੈਕਅਪ, ਬਿਕੋਜ਼ ਬਜ਼ੁਰਗਾਂ ਨੂੰ ਸਾਰਿਆਂ ਨੂੰ BP ਦੀ, ਸ਼ੂਗਰ ਦੀ, ਹਾਰਟ ਪ੍ਰੋਬਲਮਸ, ਥਾਇਰੋਇਡ ਪ੍ਰੋਬਲਮ ਸਾਰੀਆਂ ਨਾਲ ਹੁੰਦੀਆਂ ਨੇ। ਤਾਂ ਇੱਕ ਮੈਡੀਕਲ ਟੀਮ ਬਹੁਤ ਜ਼ਰੂਰੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਮੈਚ ਕਰ ਸਕੇ, ਇਹਨਾਂ ਨੂੰ ਪ੍ਰੋਪਰ ਪੇਸ਼ੈਂਟ ਨੂੰ ਫਿੱਟ ਕਰੀਏ, ਫੇਰ ਹੀ ਓਪਰੇਟ ਕਰੀਏ। ਫਿਜ਼ੀਓਥੈਰੇਪੀ ਟੀਮ ਬਹੁਤ ਇੰਪੋਰਟੈਂਟ ਹੈ ਜਿਹੜੀ ਓਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਬੈੱਡ ਤੋਂ ਕੱਢ ਕੇ ਉਹਨੂੰ ਤੁਰਨ ਫਿਰਨ ਲਾਉਂਦੀ ਹੈਗੀ ਹੈ। ਜੀ ਹਾਂ, ਪ੍ਰੋਪਰ ਓਪਰੇਸ਼ਨ ਥੀਏਟਰ, ਪ੍ਰੋਪਰ ਸੈਟਅਪ ਬਹੁਤ ਜ਼ਰੂਰੀ ਹੈਗਾ, ਪ੍ਰੋਪਰ ਇੰਪਲਾਂਟ ਦੀ ਯੂਜੇਜ ਬਹੁਤ ਜ਼ਰੂਰੀ ਹੈਗੀ ਹੈ। ਤਾਂ ਇਹ ਸਾਰਾ ਕੁਛ ਇੱਕ ਟੀਮ ਵਰਕ ਹੈਗਾ, ਤਾਂ ਇੱਕ ਇਕੱਲੇ ਬੰਦੇ ਦਾ ਵੀ ਕੰਮ ਨਹੀਂ ਹੈਗਾ। ਤਾਂ ਜ਼ਰੂਰ ਦੇਖੋ ਕਿ ਕਿੱਥੇ ਅੱਛੀ ਟੀਮ ਹੈਗੀ ਹੈ, ਉਸ ਤੋਂ ਬਾਅਦ ਇੱਕ ਕੰਫਰਟ ਫੈਕਟਰ ਆ ਜਾਂਦਾ ਕਿ ਕਿੱਥੇ ਤੁਹਾਨੂੰ ਡਾਕਟਰ ਇਹੋ ਜਿਹਾ ਮਿਲ ਰਿਹਾ ਕਿ ਤੁਸੀਂ ਉਹਨੂੰ ਅਪਰੋਚ ਕਰ ਸਕੋ, ਬਿਕੋਜ਼ ਇਹ 1 ਦਿਨ ਦਾ ਕੰਮ ਨਹੀਂ ਹੈ ਕਿ ਆਪਾਂ ਦਵਾਈ ਲੈ ਕੇ ਚਲੇ ਗਏ। ਇਟ ਇਜ਼ ਲਾਈਕ ਬਿਲਡਿੰਗ ਅ ਰਿਲੇਸ਼ਨ। ਜੇ ਤੁਸੀਂ 1 ਦਿਨ ਕੰਫਰਟੇਬਲ ਨਹੀਂ ਹੋ, 2 ਦਿਨ ਕੰਫਰਟੇਬਲ ਨਹੀਂ ਹੋ, ਤਾਂ ਤੁਸੀਂ 6 ਹਫ਼ਤੇ ਤੋਂ
2 महीने तक किमें कंफर्टेबल रहोगे। तो अप्रोचेबिलिटी इज़ वेरी इंपॉर्टेंट, बिकॉज सारा जो कोर्स ऑफ रिकवरी है ना, इट इज़ अप डाउन चलता, एक सीधी लाइन की तरह नहीं चलता है। जी हर पेशेंट की एक अलग प्रॉब्लम है, किसी को कोई स्पेशल प्रॉब्लम आ रही है, तो जो डॉक्टर अप्रोचेबल ही नहीं है, ऑपरेशन करने तो बाद मिल ही नहीं पा रहा, कोई फोन चक रहा, तो तुसी सारी प्रॉब्लम दे विच रह गए। असिस्टेंट्स वो वाली कह लो ना, हमेशा हेल्प नहीं कर पाएंगे जो एक डॉक्टर डॉक्टर उस कर प्रॉब्लम को सकते समझ पाएगा। जी तो एक अप्रोचेबिलिटी बहुत जरूरी है, एक कंफर्ट फैक्टर तुहाडा डॉक्टर दे नाल बहुत जरूरी है, जिस नाल के मोस्टली पेशेंट सानू दसदे हैगे ने कि अद्धी चीज़ तां गल करके वैसे ही कह लो ना कंफर्टेबल होने तो बाद वैसे ही ठीक फील होने लग जाता है। तो आई थिंक ये सारिया चीज़ा किसी भी कह लो ना बंदे नूं प्राइस फैक्टर तो उपर समझ के इन्हां नूं आपां डिसीजन लैण तो पहले सोचना बहुत जरूरी है। डॉक्टर नागपाल जी, जान तो पहला एक बार दर्शकों नूं जो कुछ भी तुसी कहना चाहुंदे हो हुण वैसे काफ़ी लंबा मैं मैसेज दे के हटिया, बट मोस्ट नॉर्मली मैं स्टिल यही मैसेज देना कि जदों भी कोई प्रॉब्लम आती है ना, तो उन्होंने बहुत जरूरी है कि आप टाइमली मैनेज करिए। कई बार आप सेल्फ डॉक्टर बन जाते हैं, गूगल तो ट्रीटमेंट ले लेने, प्लीज वो ना करो। गूगल बहुत ट्रीटमेंट मैनू लगता है ज्यादा भयानक है। हाँ बहुत भयानक है, बिकॉज कई बार ना मेरे एक फ्रेंड होने यूके तो आया, उन्हें अपने ब्लड रिपोर्ट्स चैट जीपीटी पे पाती है, तो उन्हें कहा जी मैंने दसो कि की प्रॉब्लम हैगी है, तो उन्हें अगे था कंप्यूटर ने दस दिया कि तुम ल्यूकीमिया हो सकता है, ब्लड कैंसर हो सकता है, तो होर डर गया उस तो बाद। ता मतलब ये ना आर्टिफिशियल इंटेलिजेंस हजे हर चीज दे विच नई प्रपक्ष प्रॉपर्टी नहीं है। कर रही है, ता प्रॉपर डॉक्टर नु देखो, दिखाओ, चेक कराओ। कई बार अर्ली स्टेज दे विच प्रॉब्लम पकड़ी जाए ता उसनु अगे वधन तो रोकिया जा सकता है। ता बाकी हैव अ गुड हेल्दी लाइफस्टाइल, डाइट ते अपना कंट्रोल रखो, डेली एक्सरसाइज करो, अपनी बॉडी नु ध्यान दो, बिकॉज अजकल दी जिंदगी दे विच आपां अपने आप नु भुल रहे हैं, आपां कम कर रहे हैं, स्ट्रेस ले रहे हैगे हैं, ਤਾਂ ਕਹਿ ਲਓ ਨਾ ਬੋਡੀ ਇੱਕ ਹੱਦ ਤੱਕ ਚੱਲ ਪਾਉਂਦੀ ਹੈ। ਤਾਂ ਪਲੀਜ਼ ਆਪਣੀ ਬੋਡੀ ਵੱਲ ਵੀ ਧਿਆਨ ਦੇਣਾ ਸ਼ੁਰੂ ਕਰੋ, ਆਪਣੇ ਬੋਡੀ ਦੇ ਅਲਾਰਮਸ ਨੂੰ ਨਿਗਲੈਕਟ ਨਾ ਕਰੋ। ਜਦੋਂ ਕੋਈ ਅਲਾਰਮ ਆ ਰਿਹਾ ਹੈਗਾ, ਰਿਪੀਟਿਡ ਆ ਰਿਹਾ, ਤਾਂ ਪਲੀਜ਼ ਗੈਟ ਇਟ ਚੈੱਕਡ ਐਂਡ ਟਾਈਮਲੀ ਟ੍ਰੀਟਮੈਂਟ, ਸਾਰਾ ਕੁਝ ਆਪਣਾ ਮਤਲਬ ਦਿੱਕਤ ਨੂੰ ਵਧਣ ਤੋਂ ਬਚਾ ਸਕਦਾ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਨਾਗਪਾਲ ਜੀ, ਸਾਰੇ ਸਵਾਲਾਂ ਦਾ ਇੰਨੇ ਸੌਖੇ ਤਰੀਕੇ ਦੇ ਨਾਲ ਜਿਹੜਾ ਜਵਾਬ ਦੇਣ ਦੇ ਲਈ। ਤਾਂ ਅੱਜ ਹਮਦਰਦ ਹੈਲਥ ਟਾਕ ਸ਼ੋਅ ਦੇ ਵਿੱਚ ਅਸੀਂ ਡਾਕਟਰ ਪਰਮਪ੍ਰੀਤ ਨਾਗਪਾਲ ਜੀ ਤੋਂ ਜਾਣਿਆ ਕਿ ਕਿਹੜੇ ਕਿਹੜੇ ਦਰਦ ਹੋ ਸਕਦੇ ਨੇ, ਕਿਵੇਂ ਦੀਆਂ ਸਰਜਰੀਆਂ ਜਿਹੜੀਆਂ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਬਾਹਰ ਵੀ ਬੈਠੇ ਹੋ, ਤਾਂ ਇੱਕ ਵੱਡਾ ਆਫਰ ਵੀ ਜਿਹੜਾ ਡਾਕਟਰ ਨਾਗਪਾਲ ਦੀ ਟੀਮ ਦੇ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹ ਤੁਸੀਂ ਅਵੀਲ ਕਰ ਸਕਦੇ ਹੋ। ਅਤੇ ਨੰਬਰ ਜਿਹੜਾ ਜੇ ਤੁਸੀਂ ਬਾਅਦ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਤਾਂ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਉਹ ਤੁਸੀਂ ਡਾਇਲ ਕਰਨਾ ਹੈ ਅਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ। ਬਾਕੀ ਸਾਰੀਆਂ ਅਪਡੇਟਸ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ। ਹੁਣ ਮੈਨੂੰ ਸ਼ਿਖਾ ਸੰਧੀ ਨੂੰ ਇਜਾਜ਼ਤ, ਧੰਨਵਾਦ।